ਖਾਲੀ ਕਿਸੇ ਦੀ ਬਾਡੀ ਕਿਸੇ ਦੀ ਵੀ ਰੀਕੰਡੀਸ਼ਨ ਦੀ ਟੁੱਟ ਜਾਵੇ ਤਾਂ ਇਹ ਬਾਡੀ ਉਹ 'ਚ ਫਿੱਟ ਹੋ ਜਾਏਗੀ, ਸਮਾਨ ਫਿੱਟ ਹੋ ਜਾਏਗਾ। 280,000 ਦੀ ਜਨਾਬ ਬਾਡੀ, ਵਲੈਤੀ ਲੈਣੀ ਹੋਵੇ ਤੁਹਾਨੂੰ ਵਲੈਤੀਆਂ ਵਿਖਾਉਂਦੇ ਹਾਂ। ਦੇਸੀ ਮੋਬਾਈਲ ਛੱਬੀ ਦੇ ਵੀ 23-31 ਦਾ ਇੱਕ ਕੰਟੇਨਰ ਆ ਗਿਆ, ਦੂਜਾ ਕੰਟੇਨਰ ਆ ਰਿਹਾ। ਅੱਛਾ, ਤੇ ਇਹ ਜਿਹੜੀ ਇਹਦੀ ਕਿਨਾਰੀ ਹੈ ਨਾ, ਇਹ ਕਿਨਾਰੀ ਸੈਲਜ ਵਾਲੇ ਮਸ਼ੀਨ ਦੇ ਰਿਮ ਦੀ ਕਿਨਾਰੀ ਹੈ। ਅੱਛਾ, ਅਸੀਂ ਮਸ਼ੀਨ ਦਾ ਜੀ 70 ਦਾ ਇਹ ਜਿਹੜਾ ਇਹ ਤੁਹਾਨੂੰ ਫਿਰ ਕਿਵੇਂ ਸਸਤਾ ਲੱਭ ਗਿਆ? ਸਾਡਾ ਭਰਾ ਸੀ, ਕਮਾਲ ਹੋ ਗਈ। ਤੇ ਭਰਾ ਇਹ ਤੁਹਾਡੇ ਰੇਟ ਦੇ, ਫਿਰ ਜਿਹੜੇ ਹੋਰ ਬੰਦੇ ਆ ਕੇ ਪੁੱਛਣ ਦੇ ਉਹਨਾਂ ਨੂੰ ਕੀ ਦਿਓ ਦੇ? ਉਹਨਾਂ ਜਵਾਬ ਹੈ ਤੁਹਾਡੇ ਕੋਲ ਕੀ ਹੋਣਾ ਨਾ ਜੀ, ਤੂੰ ਇਹਨਾਂ ਤੁਸੀਂ ਦੇਤਾ ਟੂਪਾਂ। ਕੋਈ ਨੀ, ਮਾਰਕੀਟ ਵਿੱਚ ਅਸੀਂ ਟੂਪਾਂ ਨੇ ਪਾਈ ਜਾ, ਟੂਪਾਂ ਜਿਹੜੀਆਂ ਕੋਈ ਚੰਗੀਆਂ ਬਣਾਇਓ, ਇਹ ਨਾ ਵੀ ਉਹ ਲੋਕਾਂ ਨੂੰ 20-20 ਲੱਖ ਦੇ ਸਿੱਠੋ, ਕੀ ਹੋਣਾ ਟੂਪਾਂ ਟੁੱਟੀਆਂ ਪਈਆਂ। ਤੁਸੀਂ ਟੂਪ ਦੇ ਚੰਗੇ ਪੈਸੇ ਲੈ ਲਓ, ਉਹਨਾਂ 20 ਲੱਖ ਤੇ ਪ੍ਰੋਗਰਾਮ ਰੱਖਿਆ ਜੀ। ਦੋਸਤੋ, ਗੋਰੇ ਵੀ ਸਿਆਣੇ ਹੋ ਗਏ ਜਨਾਬੇ ਵਾਲੀ, ਇਸ ਵਾਸਤੇ ਤੁਸੀਂ ਵੀ ਸਿਆਣੇ ਹੋ ਜਾਓ, ਤੁਸੀਂ ਵੀ ਮਸ਼ੀਨਾਂ ਰੇਟ ਤੇ ਚਲਾਓ। ਚੱਲ ਗਈਆਂ ਨਾ ਚੱਲੀਆਂ ਤਾਂ ਖਲੋਤੀਆਂ ਪੱਠੇ ਤਾਂ ਨਹੀਂ ਖਾਂਦੀਆਂ। ਅਸੀਂ ਘੱਟ ਰੇਟ ਤੇ ਮਸ਼ੀਨਾਂ ਚਲਾ ਕੇ ਬਰਬਾਦ ਕਰਕੇ ਤੇ ਫਿਰ ਅਸੀਂ ਇਹਨਾਂ ਸਾਨੂੰ ਸਪੇਅਰ ਪਾਰਟ ਸਸਤਾ ਮਿਲੇ ਤੇ ਸਪੇਅਰ ਪਾਰਟ ਵਾਲਿਆਂ ਨੇ ਸਾਨੂੰ ਮਗਰੂ ਮਹਿੰਗਾ ਮਿਲਿਆ, ਸਾਨੂੰ ਮੁਨਾਫਾ ਨਾ ਲੱਭਾ ਤਾਂ ਸਾਨੂੰ ਕਿਹੜੀ ਲੋੜ ਹੈ? ਇਸ ਵਾਸਤੇ ਇਸੇ ਮਾਲ ਸਟਾਕ ਰੱਖਣ ਦੇ ਸਸਤਾ ਇਹਨਾਂ ਵੀ ਕੋਈ ਨਹੀਂ ਕਰਨਾ। ਮੁੰਡੇ ਵਿੱਚ ਆਉਣ ਲਿਆ ਯਾਰ, ਸਪੈਸ਼ਲ ਮੁੰਡਾ ਆਇਆ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਤੁਹਾਡਾ? ਭਰਾ ਜਾਤਾ ਅੱਜ ਮੁਕੰਮਲ ਰਿਪੋਰਟ ਜਨਾਬ ਵਾਲੀ ਗੁਜਰਾਂਵਾਲਾ ਕਬਾੜੀ ਮਾਰਕੀਟ। ਅੱਜ ਅਸੀਂ ਦੱਸਣ ਲਿਆ ਜਨਾਬ ਵਾਲੀ ਕਿ ਮਸ਼ੀਨਰੀ ਕਿਹੜੀ ਕਿਹੜੀ ਆ ਗਈ ਹੈ, ਕਿਹੜੀ ਕਿਹੜੀ ਨਹੀਂ ਆ ਗਈ। ਪਹਿਲਾ ਸਟਾਫ ਜਨਾਬ ਸਾਡਾ ਭਾਈ ਤਾਗਰਾਏ ਨਾਲ ਵਾਅਦਾ ਕੀਤੇ ਅਸੀਂ ਕਿ ਅਸੀਂ ਆਉਣਾ ਜਨਾਬ, ਸਾਡਾ ਧਿਆਨ ਕਰੀ ਜੂਹੀ ਜਨਾਬ ਕਮਾੜਾ ਨੇ ਇੰਟਰ ਹੋਣਾ ਸਿੱਧਾ ਡਾਇਰੈਕਟ ਜਨਾਬ ਗੁਰਾਇਆ ਐਗਰੋ ਇੰਜੀਨੀਅਰ ਵਰਕਸ਼ਾਪ। ਤੁਹਾਨੂੰ ਹਰ ਬੰਦੇ ਨੂੰ ਨਜ਼ਰ ਆਵੇ ਦੀ, ਇਹਨਾਂ ਦਾ ਸੈਟਅਪ ਉਸ ਸਾਈਡ 'ਤੇ ਵੇ ਅਤੇ ਇੱਧਰ ਵੀ ਨਾ ਲੈਂਦਾ ਇਹ ਗੁਰਾਇਆ ਸਾਹਿਬ, ਉੱਧਰ ਵੀ ਕੰਮ ਚੱਲੇਗਾ। ਹਾਂਜੀ ਇਨਸ਼ਾਅੱਲਾ ਉੱਧਰ ਵੀ ਚੱਲੇਗਾ ਅਤੇ ਇੱਧਰ ਵੀ ਚੱਲੇਗਾ, ਇੱਧਰ ਵੀ ਚੱਲੇਗਾ ਅਤੇ ਮੁਕੰਮਲ ਸਪੇਅਰ ਪਾਰਟ ਨਾਲ ਕੋਲ ਹੁੰਦਾ। ਨੰਬਰ ਜਨਾਬ ਤੁਹਾਨੂੰ ਸ਼ੋਅ ਕਰਾਉਂਦੇ ਹਾਂ ਇਹਨਾਂ ਦਾ, ਉੱਤੇ ਹੈਡਰ ਦਾ ਸਮਾਨ ਮੁਕੰਮਲ ਮਿਲੇਗਾ। ਨੰਬਰ ਸ਼ੋਅ ਕਰਾ ਦਿਓ ਜ਼ੂਮ ਕਰਕੇ ਜੀ। ਜ਼ਿਆਦਾਤਰ ਆਪਣੇ ਕੋਲ ਕੀ ਹੈਡਰ ਦਾ ਸਮਾਨ? ਹੈਡਰ ਦਾ ਸਮਾਨ, ਗੇਅਰ ਦਾ ਸਮਾਨ, ਇੰਜਨ ਦਾ ਸਮਾਨ ਤੇ ਹੋਜ਼ਿੰਗ ਵਗੈਰਾ। ਹੋਜ਼ਿੰਗ ਹਰ ਇੱਕ ਇੰਜਨ ਦਾ। ਇੱਥੇ ਤਿਆਰ ਕਿਹੜੀ ਕਿਹੜੀ ਸ਼ਾ ਕਰ ਰਹੇ ਹੁਣ? ਹਰ ਸ਼ਾ ਇੱਥੇ ਆਪਣੀ ਤਿਆਰ ਹੋ ਰਹੀ ਹੈ, ਆਪਣੀ ਆਪਣੀ ਹਰ ਸ਼ਾ। ਹੋਜ਼ਿੰਗ ਚਾਹੀਦਾ ਹੋਵੇ ਹਰ ਇੰਜਨ ਦਾ? ਇੰਜਨ ਦਾ ਤਮਾਮ ਸਪੇਅਰ ਪਾਰਟ, ਅੰਦਰ ਦਾ ਵੀ? ਅੰਦਰ ਦਾ ਨਹੀਂ, ਬਾਹਰ ਦਾ। ਬਾਹਰ ਦਾ, ਬਾਡੀ ਵਾਈਜ਼? ਬਾਡੀ ਵਾਈਜ਼, ਬਾਡੀ ਵਾਈਜ਼ ਕੋਈ ਵੀ ਚੀਜ਼ ਮਤਲਬ ਉਹ ਵਲੈਤੀ ਨਾ ਬੰਦੇ ਲੱਭੇ ਤੁਹਾਡੇ ਕੋਲ ਦੇਸੀ ਲੱਭ ਸਕਦੀ ਹੈ, ਵਲੈਤੀ ਵਰਗੀ? ਵਲੈਤੀ ਵਰਗੀ। ਅੱਛਾ ਅੱਛਾ, ਔਰ ਗਰੰਟੀ ਜਿੰਨੀ ਦੇਰ ਮਸ਼ੀਨ ਰੱਖਣਗੇ ਉਨੀ ਦੇਰ? ਅੱਛਾ ਅੱਛਾ। ਇਹ ਜਨਾਬ ਸਾਡੇ ਫਾਲੋਵਰ ਵੀ ਆਇਆ ਨਾਰੰਗ ਮੰਡੀ ਤੋਂ ਜਨਾਬ ਵਾਲੀ ਆ, ਸਪੈਸ਼ਲ ਤੁਹਾਨੂੰ ਭਰਾ ਮਿਲਣ ਆਇਆ। ਸਾਡੀ ਵੀਡੀਓ ਵੇਖਦਾ ਇਹਨਾਂ ਨੂੰ? ਉਸੇ ਰਾਜ ਵੇਖਣੀ ਤੈਨੂੰ ਟੀਵੀ ਵਿੱਚ ਆਉਣਾ ਤੂੰ ਅੱਜ, ਠੀਕ ਹੈ? ਮਿਹਰਬਾਨੀ ਗੁਰਾ ਸਾਹਿਬ, ਅੱਲਾ ਖੈਰ ਕਰੇ, ਵਾਪਸ ਆਉਂਦੇ ਹਾਂ ਤੁਹਾਡੇ ਨਾਲ ਮੁਲਾਕਾਤ ਕਰਨੇ ਆ। ਮਿਹਰਬਾਨੀ ਤੁਹਾਡੀ ਭਰਾਓ, ਤੁਸੀਂ ਕੀ ਪੰਪ ਕਰਾਉਣ ਆਏ ਜੇ? ਉਹ ਚਲੋ ਉਹਨਾਂ ਦੁਕਾਨ 'ਤੇ ਪੰਪ ਵਾਲੇ ਦਾ ਪਤਾ ਕਰੀਏ, ਚਲੋ ਅਸੀਂ ਆਉਂਦੇ ਹਾਂ। ਬੰਦ ਕਰ ਚਾਚੇ ਜੀ, ਬੰਦ। ਹਾਂਜੀ ਹਾਂਜੀ ਦੋਸਤੋ, ਕਬਾੜੀ ਮਾਰਕੀਟ ਗੁਜਰਾਂਵਾਲਾ ਜਨਾਬ, ਇੱਥੇ ਜਨਾਬਿਆਂ ਲਈ ਅਸੀਂ ਅੱਜ ਆਏ ਹਾਂ, ਮੁਕੰਮਲ ਰਿਪੋਰਟ ਦੇਣੀ ਹੈ। ਅਤੇ ਇੱਥੇ ਭਾਈ ਪੰਪ ਵਾਲੇ ਨੇ ਜਨਾਬਿਆਂ ਵਾਲੀਆਂ ਕੋਲ ਰੋਜ਼ ਲੰਘ ਤਾਂ ਚਾਹੀਦਾ ਸੀ, ਅੱਜ ਅਸੀਂ ਵੀਡੀਓ ਪਾਉਂਦੇ ਹਾਂ ਕਿਉਂਕਿ ਸਾਡੇ ਫਾਲੋਵਰ ਆਏ ਨਾਰੰਗ ਮੰਡੀ ਤੋਂ। ਇਹ ਇੱਥੇ ਪੰਪ ਲੈ ਕੇ ਆਏ ਨੇ, ਕਿਹੜਾ ਪੰਪ ਜੀ? ਆਪਣਾ ਮਰਸਡੀਜ਼ ਦਾ? ਮਰਸਡੀਜ਼ ਦਾ ਪੰਪ ਲੈ ਕੇ ਆਏ ਨੇ। ਆਪਣਾ ਕੀ ਨਾਂ ਭਾਈ? ਬਬਲੂ ਤਾਹਿਰ। ਬਬਲੂ ਤਾਹਿਰ, ਤੁਸੀਂ ਆਪਣਾ ਕੰਮ ਕਰਦੇ ਜੇ? ਹਾਂਜੀ, ਆਪੀ ਹਰ ਕਿਸਮ ਦੇ ਇੰਜਣ ਦਾ ਤਸੱਲੀ ਬਖਸ਼ਦਾ ਤੇ ਕੋਸ਼ਿਸ਼ ਕਰਿਆ ਕਰੋ ਭਰਾ, ਮਸ਼ੀਨ ਵਾਲੇ ਬੜੀ ਔਖਾ ਪੰਪ ਲਾ ਕੇ ਲਿਆਉਂਦੇ ਨੇ ਤੇ ਬੜਾ ਔਖਾ ਜਾ ਕੇ ਜੜਨਾ ਹੁੰਦਾ ਤੇ ਸੋਹਣਾ ਕੰਮ ਹੋਵੇ, ਮਜ਼ਦੂਰੀ ਪੂਰੀ ਲਵੋ, ਜਿਹੜੀ ਸ਼ਾਇਦ ਪਾਣੀ ਹੈ ਉਹ ਹੀ ਦੱਸੋ ਕਿ ਅਸੀਂ ਫਲਾਣੀ ਸ਼ਾਇਦ ਪਾਈਏ। ਤੇ ਇਹ ਤੁਹਾਡਾ ਆਪਣਾ ਨੰਬਰ ਕੀ ਤੁਹਾਡਾ ਜੀ? 0300-63-12-582 ਭਾਈ ਕਬਾੜੀ ਮਾਰਕੀਟ ਦੇ ਭਾਈ ਦਾ ਨੰਬਰ ਹੈ। ਤੇ ਤੁਸੀਂ ਜਨਾਬ ਇਹਨਾਂ ਕੋਲ ਪੰਪ ਕਰਾ ਕੇ ਮਸ਼ੀਨ ਦੇ ਉੱਤੇ ਫਿੱਟ ਕਰਕੇ ਤੁਸੀਂ ਮੈਨੂੰ ਦੱਸਣਾ ਕਿ ਪੰਪ ਦੀ ਲੋਕੇਸ਼ਨ ਸਹੀ ਚੱਲੀ ਕਿ ਨਹੀਂ ਚੱਲੀ, ਕਾਮਯਾਬ ਹੋਇਆ ਤੇ ਇਹ ਕਹਿੰਦਾ ਫਿਰ ਅਸੀਂ ਭਰਾਵਾਂ ਨੂੰ ਹੋਰਾਂ ਨੂੰ ਇੱਥੇ ਘੱਲਾਂ ਦੇ ਗੱਲ ਹੋਵੇ ਦੀ ਹੱਕ ਸੱਚ ਦੀ, ਪੂਰਾ ਜ਼ੋਰ ਲਵਾਉਣਾ ਮਸ਼ੀਨ ਨੂੰ, ਕੰਮ ਕਿੰਨਾ ਕੀਤਾ ਕਿੰਨਾ ਨਹੀਂ ਕੀਤਾ, ਕਿੰਨਾ ਖਰਚਾ ਆਇਆ, ਰਿਪੋਰਟ ਸਾਨੂੰ ਜ਼ਰੂਰ ਦੇਣੀ ਹੈ। ਮਿਹਰਬਾਨੀ ਸਰ ਜੀ, ਚੰਗਾ ਬਾਈ, ਤੂੰ ਵੀ ਮਸ਼ੀਨ ਚਲਾਉਂਦਾ, ਉਹ ਪੜ੍ਹਿਆ ਕਰ। ਵੱਡਾ ਹੋ ਗਿਆ ਪੜ੍ਹਿਆ।
ਕਿਆ ਕੁਆਲਿਟੀ ਆ ਕਰੋ ਜੀ ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਤੁਹਾਡਾ? ਭਰਾ ਯਾਦਗਾਰ, ਅੱਜ ਮਾਰਕੀਟ ਦੇ ਵਿੱਚ ਚੰਦ ਚੀਜ਼ਾਂ ਦੇ ਅਸੀਂ ਜਨਾਬ ਥੋੜ੍ਹਾ ਥੋੜ੍ਹਾ ਐਕਸ਼ਨ ਦੇ ਰਹੇ ਹਾਂ ਕਿ ਮਾਰਕੀਟ 'ਚ ਕਿਹੜੀ ਕਿਹੜੀ ਸ਼ੈ ਆਈ ਹੈ। ਬਾਕੀ ਤੁਸੀਂ ਆ ਕੇ ਖਰੀਦ ਲਈ ਖੁਦ ਦੇ ਇੱਥੇ ਭਾਈਵਾਲ ਸਟੈਰਾਂ ਵਾਲੇ ਕੋਲ ਆਏ ਹਾਂ। ਮੈਂ ਕਿਹਾ ਕੋਈ ਨਵੀਂ ਸ਼ੈ ਯਾਰ ਦੱਸ, ਉਹਨੇ ਕਿਹਾ ਉਹ ਭਾਜ ਚਲੀਏ। ਇਕਦਮ ਭਰਿਆ ਪਿਆ ਤਰਾਈ ਇੱਕ ਤੀਹ ਦੇ ਜਨਾਬਿਆਂ ਲਈ, ਮੋਟੇ ਡੱਲ ਦੇ ਰਿਮ, ਬਹੁਤ ਮੋਟਾ ਡੱਲ ਅਤੇ ਬੜੀ ਮੋਟੀ ਪਲੇਟ ਅਤੇ ਬੜਾ ਹੀ ਭਾਰਾ ਅਤੇ ਲਾਈਫ ਟਾਈਮ ਗਰੰਟੀ ਹੈ। ਅਲੱਗ ਹੁਕਮ ਨਾਲ ਰਿਮ ਟੁੱਟ ਨਹੀਂ ਸਕਦਾ। ਅੱਗੇ ਅਸੀਂ ਸਾਨੂੰ ਜਨਾਬਿਆਂ ਦੀ ਤਰਾਈ ਇੱਕ ਤੀਹ ਦਾ ਰਿਮ ਨਹੀਂ ਮਿਲਦੇ। ਇਹ ਜਨਾਬ ਇਹਨਾਂ ਦਾ ਰਿਕਾਰਡ ਟੁੱਟ ਗਿਆ, ਇਹਨਾਂ ਕੋਲ ਕਾਫੀ ਸਾਰੇ ਰਿਮ ਪਏ ਨੇ। ਆਪਣਾ ਨੰਬਰ ਸ਼ੋਅ ਕਰਾਓ ਜੀ। ਜੀ ਵਾਰਸ ਟਾਇਰ ਹਾਊਸ, ਪਿੰਡੀ ਬਾਈਪਾਸ, 0302 555 80 70 ਤਰਾਈ ਇੱਕ ਤੀਹ ਦੇ ਸਾਰੇ ਰਮੇ ਮੰਗਵਾਏ ਜੀ ਕਿ 26 ਦੇ ਵੀ? ਨਹੀਂ, ਤਰਾਈ ਇੱਕ ਤਰੀਕ ਦਾ ਕੰਟੇਨਰ ਆ ਗਿਆ, ਦੂਜਾ ਕੰਟੇਨਰ ਆ ਰਿਹਾ। ਅੱਛਾ, ਤੇ ਇਹ ਜਿਹੜੀ ਇਹਦੀ ਕਿਨਾਰੀ ਹੈ ਨਾ, ਇਹ ਕਿਨਾਰੀ ਸੈਲਜ ਵਾਲੇ ਮਸ਼ੀਨ ਦੇ ਰਿਮ ਦੀ ਕਿਨਾਰੀ ਹੈ। ਅਸੀਂ ਚਾਦਰ ਉਹ ਲਵਾਈਏ ਜਿਹਦਾ ਵੇਟ ਆਮ ਰੀਕੰਡੀਸ਼ਨ ਨਾਲੋਂ 27 ਕਿਲੋ ਵੇਟ ਇੱਕ ਰਿਮ ਦਾ ਜ਼ਿਆਦਾ ਹੈ ਤੇ ਪਲੇਟ ਦੀ 4-5 ਮਿਲੀ ਤੋਂ ਉੱਤੇ ਵੇ। ਬਾਕੀ ਮੈਂ ਵੇਖਿਆ ਰਿਮ ਬੜੇ ਕਲਾਸ ਦੇ ਨੇ। ਥੋੜੀ ਜਿਹੀ ਇਹ ਗੱਲ ਕਲੀਅਰ ਦੱਸੋ ਵੀ ਇਹ ਲੋਹਾ ਬਾਹਰੋਂ ਆਇਆ ਕਿ ਪਾਕਿਸਤਾਨ ਬਣਿਆ? ਪਾਕਿਸਤਾਨ ਦੇ ਵਿੱਚ ਹਾਈ ਕਲੀਜਰ ਕਿਸੇ ਕੋਲੋਂ 200 ਦਾ ਅਡਰੈਲ ਵੀ ਕੋਈ ਨਹੀਂ। ਅਸੀਂ ਪੂਰਾ ਪਾਕਿਸਤਾਨ ਫਿਰ ਲਿਆ ਸੀ ਕਿ ਬੈਂਡ ਕਰਾਉਣਾ ਸੀ, ਜਿਹਦੇ ਵਿੱਚ ਸਾਡਾ ਤਕਰੀਬਨ 5-6 ਲੱਖ ਰੁਪਏ ਨੁਕਸਾਨ ਹੋਇਆ ਆਵੇ। ਇਹ ਟੋਟਲ ਬਾਹਰ ਦਾ ਮਾਲ ਹੈ ਜੀ? ਇਹ ਟੋਟਲ ਬਾਹਰ ਕੰਟੇਨਰ ਤੋਂ ਮਾਲ ਆਇਆ। ਹਾਂਜੀ ਦੋਸਤੋ, ਤਰਾਈ ਇੱਕ ਤਰੀਕ ਦਾ ਕਾਲ ਮੁੱਕ ਗਿਆ ਰਿਮਾ ਦਾ। ਮੇਰਾ ਭਰਾ ਜਿਹਨੇ ਤਰਾਈ ਇੱਕ ਤਰੀਕ ਕਰਨੀ ਹੈ, ਬਾਰਸ ਟਾਇਰ ਕਬਾੜੀ ਮਾਰਕੀਟ ਰਾਬਤਾ ਜ਼ਰੂਰ ਕਰਿਓ ਅਤੇ ਰਿਮ ਆਪਣੀ ਮਰਜ਼ੀ ਲੈ ਕੇ ਚੈੱਕ ਕਰੋ। ਰੰਗ ਹੋਣ ਤੋਂ ਬਗੈਰ ਵੀ ਚੈੱਕ ਕਰ ਲਿਓ ਅਤੇ ਰੰਗ ਹੋਏ ਵੀ ਚੈੱਕ ਕਰ ਲਿਓ। ਮਿਹਰਬਾਨੀ ਦੋਸਤੋ। ਅਸਲਾਮ ਵਾਲੇਕੁਮ ਦੋਸਤੋ, ਅੱਜ ਜਨਾਬ ਵਾਲੀ ਸੀ ਕਬਾੜੀ ਮਾਰਕੀਟ ਗੁਜਰਾਂਵਾਲਾ ਅਤੇ ਇੱਥੇ ਜਨਾਬ ਵਾਲੀ ਤੁਹਾਨੂੰ ਵਿਖਾਉਂਦੇ ਹਾਂ ਜਨਾਬ ਕਿਹੜਾ ਕਿਹੜਾ ਪ੍ਰੋਗਰਾਮ ਆ ਗਏ ਆ ਮੌਕੇ 'ਤੇ ਮੌਜੂਦ। ਆਉਂਦੇ ਸੀ ਪੀਲੇ ਰੰਗ ਦੀ ਪੱਤੀ ਨਹੀਂ ਲੱਭਦੀ, ਇੱਥੇ ਪੀਲੇ ਰੰਗ ਦੀਆਂ ਮੁਕੰਮਲ ਮਸ਼ੀਨਾਂ ਜਨਾਬ ਅਤੇ ਰਿਮ। ਰਿਮਾਂ ਦਾ ਕਾਲ ਮੁਕਾ ਦਿੱਤਾ ਜਨਾਬ ਇਹਨਾਂ ਨੇ, ਟਾਇਰਾਂ ਵਾਲਿਆਂ, ਵਾਰਸ ਟਾਇਰਾਂ ਵਾਲਿਆਂ, ਅਤੇ
ਇਹ ਜਨਾਬ ਅਸੀਂ ਗੁਰੂ ਸਾਹਿਬ ਕੋਲ ਆ ਗਏ ਹਾਂ, ਇਹਨਾਂ ਕੋਲ ਇੰਜਣ ਚੈੱਕ ਕਰੋ ਜਨਾਬ, ਜਿਹੜੇ ਜਿਹੜੇ ਖੜ੍ਹੇ ਨੇ ਇਹ ਸਾਰੇ ਮਾਲ ਖੜ੍ਹਾ ਜਨਾਬ। ਗੁਰਾਇਆ ਸਾਹਿਬ ਕੀ ਹਾਲ ਹੈ, ਹੋਰ ਸੁਣਾਓ ਘਰ ਬਾਰ ਸਾਹਿਬ ਖਰੀ ਹੈ? ਅਤੇ ਅੱਜ ਟਾਈਮ ਤੁਹਾਡਾ ਦੇ ਆਇਆ ਉਸ ਦੁਕਾਨ 'ਤੇ ਸਾਰਾ ਜਿੱਥੇ ਬਾਲਾ ਸਾਹਿਬ ਬੈਠੇ ਸੀ, ਹੋਰ ਖਰੀ ਹੈ? ਹਾਂਜੀ ਦੋਸਤੋ, ਇਹ ਚੈੱਕ ਕਰੋ ਜਨਾਬ, ਅਲੀ ਆਫਤ ਹਰਾਂ ਨੇ ਜਨਾਬ ਗੁਜਰਾਂਵਾਲੇ ਕੁਵਾੜੀ ਮਾਰਕੀਟ ਦੇ ਵਿੱਚ ਇਹ ਫਾਈਨਲ ਡਰਾਈਵ ਇਹਨੂੰ ਆਉਂਦੇ ਨੇ, ਪਿਛਲੀ ਹਾਰਵੈਸਟ 70 ਦਾ, ਇਹ ਪੂਰੀ ਬਾਡੀ ਦਾ ਨਾ ਡਿਜ਼ਾਇਨ ਕੀਤਾ ਜਨਾਬੇ ਵਾਲੀ, ਅਤੇ ਬਿਲਕੁਲ ਜਨਮਨ ਦੀ ਕਾਪੀ ਕਰਤੀ ਜਨਾਬ। ਇਹ ਭਾਈ ਜਾਨ ਕਿੰਨੇ ਕੁ ਦਾ ਸੌਦਾ? 85? ਹਾਂਜੀ 85,000 ਦਾ ਖਾਲੀ। ਹਾਂਜੀ ਖਾਲੀ, ਕਿਸੇ ਦੀ ਬਾਡੀ ਕਿਸੇ ਦੀ ਵੀ ਰੀਕੰਡੀਸ਼ਨ ਦੀ ਟੁੱਟ ਜਾਵੇ ਤਾਂ ਇਹ ਬਾਡੀ ਉਹਦੇ 'ਚ ਫਿੱਟ ਹੋ ਜਾਵੇ, ਸਮਾਨ ਫਿੱਟ ਹੋ ਜਾਵੇਗਾ ਦੋਸਤੋ। 85,000 ਦੀ ਜਨਾਬ ਬਾਡੀ, ਵਲੈਤੀ ਲੈਣੀ ਹੋਵੇ ਤੁਹਾਨੂੰ ਵਲੈਤੀਆਂ ਵਿਖਾਉਂਦੇ ਹਾਂ, ਦੇਸੀ ਦਾ ਵੀ ਤੁਹਾਨੂੰ ਰਿਵਿਊ ਕਰਾ ਦਿੱਤਾ, ਅਤੇ ਇੰਜਣ ਕੋਈ ਡੱਬਾ ਪੈਕ ਵੀ ਹੈ ਜੇ ਕੋਈ ਨਹੀਂ? ਯਾਰ ਬਾਈ ਇੰਜਣ ਮਾਰਕੀਟ ਜਨਾਬ ਪਏ ਨੇ, ਫੋਰਡ ਵਗੈਰਾ, ਮਰਸਡੀਜ਼ ਵਗੈਰਾ, ਇਹ ਫਿਲਹਾਲ ਥੋੜ੍ਹਾ ਪ੍ਰੋਗਰਾਮ ਹੈਗਾ ਪਿਛਾਂ ਵਾਲੇ ਨੇ, ਕੰਮ ਦਾ ਜਨਾਬ ਤੁਹਾਨੂੰ ਵਿਖਾਉਂਦੇ ਹਾਂ ਕੋਈ ਕੀ ਸੂਰਤ ਹਾਲ ਹੈ ਅਤੇ ਕੀ ਨਹੀਂ। ਆਹ ਟਿਊਬਾਂ ਚੈੱਕ ਕਰੋ, ਇੱਧਰ ਜਨਾਬ ਆਓ, ਚਾਂਦ ਬੱਟ ਜਨਾਬ, ਬੱਟ ਸਾਹਿਬ ਸੁੱਤੇ ਨੇ ਜਨਾਬ ਵਾਲੀ, ਅਤੇ ਫਾਈਨਲ ਡਰਾਈਵ ਹਿੱਸਾ ਚੈੱਕ ਕਰੋ ਜਨਾਬ, ਹੈ ਇਹ ਫਾਈਨਲ ਡਰਾਈਵ ਟਿਊਬ ਇੱਥੋਂ ਦੀ ਪਾਈ ਹੈ, ਉਹ ਮੁਕੰਮਲ ਜਨਾਬ ਬਾਹਰ ਦਾ ਹਿੱਸਾ, ਫਾਈਨਲ ਡਰਾਈਵ ਮੁਕੰਮਲ ਹੈ, ਐਡਰੋ ਦਾ, ਐਡਰੋ ਦਾ ਨਹੀਂ ਇਹ TC ਦਾ, TC 56 ਦਾ ਹਿੱਸਾ ਜਨਾਬ। ਇੱਧਰ ਚੈੱਕ ਕਰੋ ਜਨਾਬ, ਇੱਧਰ ਵੀ ਵੱਡੇ ਹੀ ਪ੍ਰੋਗਰਾਮ ਨੇ ਅਤੇ ਵੱਡੀਆਂ ਹੀ ਟਿਊਬਾਂ ਨੇ ਜਨਾਬ ਵਾਲੀ, ਖੁੱਲ੍ਹੇ ਦਿਲ ਨਾਲ ਸਾਈਆਂ ਮੰਗਵਾਈਆਂ ਨੇ। ਆ ਰਿਮ ਚੈੱਕ ਕਰੋ ਜਨਾਬ, ਅਤੇ ਇਹ ਹਿੱਸਾ ਤਕਰੀਬਨ 80 ਦਾ ਮੇਰੇ ਖਿਆਲ ਦੇ ਮੁਤਾਬਕ, ਅਤੇ ਇਹ ਆਪਣਾ ਦੂਸਰਾ ਹੈ ਅਤੇ ਪਾਕਿਸਤਾਨ ਦਾ ਚੱਲੇ ਆ ਬਾਡੀ ਵੀ, ਵਟਸਐਪ ਸੁੱਤੇ ਨੇ ਜਨਾਬ, ਅੱਲਾ ਖੈਰ ਕਰੇ। ਅਤੇ ਅੱਗੇ ਤੁਹਾਨੂੰ ਵਿਖਾਉਂਦੇ ਜਨਾਬ ਵਾਲੀ, ਆਓ ਜਿਹੜੇ ਮਾਲ ਸਪੇਅਰ ਆਇਆ ਜਨਾਬ ਵਾਲੀ, ਬਾਊ ਸ਼ਫਾਕ ਐਂਡ ਹਾਰਵੈਸਟਰ ਐਗਰੀ ਪਾਰਟ ਵਾਲਾ ਜਨਾਬ ਵਾਲੀ ਤੁਲ ਕੱਢਤੀ ਹੈ, ਚੈੱਕ ਕਰੋ ਜੀ, ਲਓ ਜੀ ਵਲੈਤੀ ਪ੍ਰੋਗਰਾਮ ਹੀ ਲੱਗਦਾ ਜੀ ਕੰਟੇਨਰ ਦਾ। ਚੈੱਕ ਕਰੋ ਜਨਾਬ, ਪੀਲਾ ਗੇਅਰ ਦੀਆਂ ਬਾਡੀਆਂ ਚੈੱਕ ਕਰੋ, ਫਾਈਨਲ ਡਰਾਈਵ ਚੈੱਕ ਕਰੋ, ਅਤੇ ਖੁੱਲ੍ਹਾ ਪ੍ਰੋਗਰਾਮ, ਤੁਹਾਡੀ ਗੱਲਬਾਤ ਕਰਾਉਂਦੇ ਜਨਾਬ, ਅੱਗੇ ਲਿਆ ਕੇ ਜਨਾਬ, ਮਾਸ਼ਾਅੱਲਾ ਜੀ। ਸਲਾਮ ਅਲੈਕਮ ਜੀ, ਕੀ ਹਾਲ ਜਨਾਬ? ਹਾਂਜੀ ਥੋੜ੍ਹੀ ਦੂਰ ਚੈੱਕ ਕਰਿਆ ਹੋਇਆ। ਹਾਂਜੀ ਦੋਸਤੋ ਚੈੱਕ ਕਰੋ ਫਾਈਨਲ ਡਰਾਈਵ ਜਨਾਬ, ਪਾਕਿਸਤਾਨ ਜਾਂਦੇ ਸੀ ਫਾਈਨਲ ਡਰਾਈਵ ਨਹੀਂ ਲੱਭਦੇ, ਇੱਕ ਡੱਡੂ ਲੱਭਣ ਵਾਸਤੇ ਪੂਰੀ ਪੂਰੀ ਮਾਰਕੀਟ ਫਿਰਨੀ ਪੈਂਦੀ ਸੀ, ਅੱਜ ਜਨਾਬ ਵਾਲੀ ਇੱਥੇ ਸੌਵਾਂ ਦੀ ਤਾਦਾਦ 'ਚ ਪਿਆ, ਰੇਟ ਤੁਹਾਨੂੰ ਦੱਸਣੇ, ਅੱਗੇ ਤੇਰਾ ਵਾਹਵਾ ਸੀ ਮਹਿੰਗਾ ਸੀ, ਅੱਜ ਕੀ ਗੱਲਬਾਤ ਬਣਦੀ, ਇੱਧਰ ਵੀ ਚੈੱਕ ਕਰਾਓ ਜੀ। ਸਲਾਮ ਅਲੈਕਮ ਜੀ, ਮਾਸ਼ਾਅੱਲਾ ਜੀ, ਕੀ ਹਾਲ ਜਨਾਬ? ਹੋਰ ਸੁਣਾਓ, ਸ਼ੁਕਰ ਠੀਕ ਜੀ। ਇਹ ਦੁਕਾਨ ਇੱਥੇ ਰਹਿੰਦੀ ਜੀ ਆਪਣੀ? ਹਾਂਜੀ ਮੈਂ ਤੇ ਇੱਥੇ ਨਾਲ ਰਹਿੰਦਾ। ਹੈ ਇਹਨਾਂ ਦੇ ਨਾਲ ਮੈਂ? ਅੱਛਾ ਨਾਲ ਰਹਿ ਗਏ ਜੀ, ਹਾਂਜੀ ਚੰਗੇ ਰਹਿ ਗਏ ਬਾਈ। ਛੋਟੇ ਉੱਥੇ ਨੇ, ਕੀ ਹਾਲ ਭਾਈ ਜਾਨ? ਹਾਂਜੀ ਦੋਸਤੋ ਮਾਸ਼ਾਅੱਲਾ ਸਮਾਨ ਕਾਫੀ ਸਾਰਾ ਪਿਆ, ਇਹ ਭਾਈ ਜਾਨ ਜਿਹੜਾ ਡੱਡੂ ਜੀ ਦੀ ਅੱਜ ਕੱਲ੍ਹ ਕੀ ਕੀਮਤ ਇੱਕ ਦੀ ਫਾਈਨਲ ਡਰਾਈਵ ਦੀ? 5 ਲੱਖ ਹੀ? ਅੱਛਾ ਕੀਮਤਾਂ ਉਹ ਹੀ ਨੇ, ਮਾਲ ਵਫਰ ਆ ਗਿਆ, 5 ਤੇ 5 10, ਅਤੇ ਬਾਡੀ ਆਪਣਾ ਗੇਅਰ ਬਾਡੀ ਗੇਅਰ 10 ਤੇ 10 20, ਉਹਦੇ ਵੱਧ ਗਿਆ 20 ਲੱਖ ਤੁਸੀਂ ਸਾ ਜੀ। ਜਦੋਂ ਮੁਕੰਮਲ ਲੈਣਾ ਫਿਰ ਘੱਟ ਜਾਂਦਾ, ਜਦੋਂ ਪਰਚੋਣ ਗਾਹਕ ਲਵੇ ਨਾ ਚੀਜ਼ ਟੁੱਟ ਜਾਂਦੀ ਹੈ, ਰਕਮ ਖਰਾਬ ਹੁੰਦੀ ਹੈ। ਅੱਛਾ ਅੱਛਾ ਸਹੀ, ਗੇਅਰ ਕਿਹੜਾ 20 ਲੱਖ ਰੁਪਈਏ ਦਾ ਮੁਕੰਮਲ ਕਰਕੇ, ਮੁਕੰਮਲ ਤੁਸੀਂ ਮਤਲਬ ਗੇਅਰ ਜਿਹੜਾ ਦਿਓ ਉਹਦੇ 20 ਲੱਖ ਰੁਪਈਏ ਦਾ ਹੋਵੇ, ਦਾ ਉਹਦੇ ਵਿੱਚ ਟਿਊਬ ਜਿਹੜੀ ਉਹ ਪਾਕਿਸਤਾਨੀ ਹੋਵੇ ਦੀ? ਪਾਕਿਸਤਾਨ ਜੋ ਤਿਆਰ ਹੋਇਆ ਪਿਆ। ਅੱਛਾ ਜੀ, ਹਾਂਜੀ ਦੋਸਤੋ ਫਿਰ ਲਾ ਲਿਆ ਜੇ ਤੀਕਰ ਹਿੱਸਾ ਜਿਹੜਾ ਨਾ ਜੇ ਜਿਹੜਾ ਮਤਲਬ 80-70 ਮਸ਼ੀਨ ਦਾ,
ਵਲੈਤੀ ਹਿੱਸਾ ਹੋਵੇ ਦਾ ਮੁਕੰਮਲ ਮੁਕੰਮਲ ਗੇਅਰ ਜੈਨੂਇਨ ਹੋਵੇ ਦਾ ਰੀਕੰਡੀਸ਼ਨ ਗੇਅਰ ਰੀਕੰਡੀਸ਼ਨ ਫਾਈਨਲ ਡਰਾਈਵ ਸਿਰਫ ਔਰ ਸਿਰਫ ਟਿਊਬ ਜਿਹੜੀ ਹੈ ਉਹ ਪਾਕਿਸਤਾਨ ਉਹ ਕਿਹੜੇ ਘਰ ਦੀ ਪਵਾਉਂਦੇ ਜੇ ਆਜ਼ਾਦ ਕੂਕੇ ਦੀ ਅੱਛਾ ਆਜ਼ਾਦ ਕੂਕੇ ਦੀ ਪਾ ਕੇ ਅਤੇ ਤੁਸੀਂ ਮੁਕੰਮਲ ਕਿਸੇ ਨੂੰ ਸੈਟਅਪ ਤੁਹਾਡੇ ਕੋਲ ਲੈਣਾ ਚਾਹੇ ਤਾਂ 20 ਲੱਖ ਰੁਪਈਆ ਠੀਕ ਹੋ ਗਿਆ ਅਤੇ ਇਕੱਲੀ ਇਕੱਲੀ ਸ਼ੈ ਲਵੇ ਤਾਂ ਮਹਿੰਗੀ ਪਵੇ ਦੀ ਫਿਰ ਉਹ ਚੀਜ਼ ਟੁੱਟ ਜਾਂਦੀ ਹੈ ਨਾ ਤੇ ਮਾਰਕੀਟ ਦੇ ਵਿੱਚ ਹੁਣ ਮਾਲ ਤੇ ਜਦੋਂ ਇੰਨਾ ਆ ਗਿਆ ਤੇ ਥੋੜਾ ਜਿਹਾ ਥੋੜੀ ਜਿਹੀ ਰੈਤੰਗ ਵੀ ਕਰੋ 20 ਲੱਖ ਦਾ ਹਿੱਸਾ ਤੇ ਬੜਾ ਤੇਜ਼ੀ ਵਿੱਚ ਸੀ ਸਾਨੂੰ ਪਿੱਛੋਂ ਰੇਤ ਹੈ ਤੋ ਇਹ ਇਨਸ਼ਾ ਅੱਲਾਹ ਤਾਲਾ ਗਾਹਕ ਨੂੰ ਜ਼ਰੂਰ ਰੈਤ ਕਰਾਂਗੇ ਅੱਛਾ ਅੱਛਾ ਇਹ ਦੋਸਤੋ ਵੀਰੋ ਸਜਣੋ ਪਿੱਛੋਂ ਰੈਤ ਨਹੀਂ ਮਾਲ ਹੋਇਆ ਤੇ ਅੱਗੂ ਜਨਾਬ ਇੱਥੇ ਪ੍ਰੋਗਰਾਮ ਵੜ ਗਿਆ ਮੁੰਜੀ ਦਾ ਦਾਣਾ ਨਹੀਂ ਪਿਆ ਤੇ ਚਾਵਲ ਦਾ ਜਨਾਬੇ ਵਾਲੀ ਗਵਰਨਮੈਂਟ ਨੇ ਰੇਟ ਨਹੀਂ ਲੈਣ ਦਿੱਤਾ ਇੱਥੋਂ ਪ੍ਰੋਗਰਾਮ ਡਾਊਨ ਹੋ ਗਿਆ ਤੇ ਮਗਰੂ ਡਾਊਨ ਨਹੀਂ ਹੋਇਆ ਹੁਣ ਮਗਰੂ ਮਾਲ ਜਿਹੜਾ ਦੁਬਾਰਾ ਮੰਗਵਾਉਣਾ ਥੋੜਾ ਜਿਹਾ ਉਹਨੂੰ ਰੋਕ ਕੇ ਮੰਗਵਾਇਓ ਤੇ ਸਸਤਾ ਮੰਗਵਾਇਓ ਉਹ ਦਿੰਦੇ ਹੀ ਨਹੀਂ ਉਹ ਅਸੀਂ ਆਪ ਹੀ ਹਲਾ ਲਿਆ ਵੀ ਮੈਂ ਕੰਮ ਚੰਗਾ ਟਾਇਰ ਚੱਲਦਾ ਪਿਆ ਉਹਨੂੰ ਇੱਕ ਮਸ਼ੀਨ ਦਾ ਮੁੱਲ ਲਾ ਦਿੱਤਾ ਨਾ ਅਸੀਂ ਇਹ 20,000 ਯੂਰੋ ਉਹ ਪੱਕਾ ਹੋ ਗਿਆ ਉਹਦੇ ਤੇ ਉਹਨੇ ਕਿਹਾ ਹੁਣ ਮੈਂ ਅਗਲੀ ਵਾਰੀ 3 ਦੀ ਵੇਚਣੀ ਅੱਛਾ ਅੱਛਾ ਇਹ ਗੱਲ ਉਸ ਦਿੰਦੇ ਨੇ ਕਹਿੰਦੇ ਪੇ ਰਹਿੰਦੇ ਜੀ ਦੋਸਤੋ ਗੋਰੇ ਵੀ ਸਿਆਣੇ ਹੋ ਗਏ ਜਨਾਬੇ ਵਾਲੀ ਇਸ ਵਾਸਤੇ ਤੁਸੀਂ ਵੀ ਸਿਆਣੇ ਹੋ ਜਾਓ ਤੁਸੀਂ ਮਸ਼ੀਨਾਂ ਰੇਟ ਤੇ ਚਲਾਓ ਚੱਲ ਗਈਆਂ ਨਾ ਚੱਲੀਆਂ ਤਾਂ ਖਲੋਤੀਆਂ ਪੱਠੇ ਤਾਂ ਨਹੀਂ ਖਾਂਦੀਆਂ ਅਸੀਂ ਘੱਟ ਰੇਟ ਤੇ ਮਸ਼ੀਨਾਂ ਚਲਾ ਕੇ ਬਰਬਾਦ ਕਰਕੇ ਤੇ ਫਿਰ ਅਸੀਂ ਇਹਨਾਂ ਸਾਨੂੰ ਸਪੇਅਰ ਪਾਰਟ ਸਸਤਾ ਮਿਲੇ ਤੇ ਸਪੇਅਰ ਪਾਰਟ ਵਾਲਿਆਂ ਦਾ ਸਾਨੂੰ ਮਗਰੂ ਮਹਿੰਗਾ ਮਿਲਿਆ ਸਾਨੂੰ ਮੁਨਾਫਾ ਨਾ ਲੱਭਾ ਤੇ ਸਾਨੂੰ ਕਿਹੜੀ ਲੋੜ ਹੈ ਇਸ ਵਾਸਤੇ ਸੇ ਮਾਲ ਸਟਾਕ ਰੱਖਣ ਦੇ ਸਸਤਾ ਇਹਨਾਂ ਵੀ ਕੋਈ ਨਹੀਂ ਕਰਨਾ ਤੇ ਬਾਕੀ ਜਨਾਬ ਸਾਰੀਆਂ ਗੇਅਰ ਪਾਰਟੀਆਂ ਚੈੱਕ ਕਰਾਓ ਜਿੱਧਰ ਇਹ ਸਾਰੇ ਇੰਜਣ ਪਏ ਨੇ ਜਨਾਬ ਵਾਲੀ ਤੇ ਬਾਕੀ ਚੈੱਕ ਕਰੋ ਮਾਸ਼ਾਅੱਲਾ ਸਾਰੀਆਂ ਗੇਅਰ ਬਾਡੀਆਂ ਵਗੈਰਾ ਪਈਆਂ ਨੇ ਅਸਲ ਪਤਾ ਕੀ ਹੈ ਇੱਕ ਮਸ਼ੀਨ ਉੱਤੇ 6 ਪਾਕਿਸਤਾਨੀ ਨੇ ਅੱਛਾ ਤੇ ਉਹ ਸਸਤੀ ਕੋੜਾ ਕਿਹਨਾਂ ਨੂੰ ਪਤਾ ਵੀ ਸਿਰਫ ਉਹ ਮੈਨੂੰ ਤਾਂ ਸਾਰਾ ਪਤਾ ਹਾਂਜੀ ਦੋਸਤੋ ਮੁਕੰਮਲ ਸਮਾਨ ਰੀਕੰਡੀਸ਼ਨ ਪਿਆ ਜਨਾਬੇ ਵਾਲੀ ਗੇਅਰ ਬਾਡੀਆਂ ਨੰਬਰ ਵੀ ਇਹਨਾਂ ਦਾ ਸ਼ੋਅ ਕਰਾ ਦਿੰਦਾ ਕਿਸੇ ਮੇਰੇ ਭਰਾ ਨੇ ਦੂਰੋਂ ਆਉਣਾ ਹੋਵੇ ਉਹ ਆ ਕੇ ਰਾਬਤਾ ਜ਼ਰੂਰ ਕਰ ਲਿਓ ਲਓ ਦੋਸਤੋ ਚੈੱਕ ਕਰੋ ਮਾਸ਼ਾਅੱਲਾ ਜੀ ਇਹਦੇ ਬਾਹਰ ਮਾਲ ਪਿਆ ਤੇ ਜਨਾਬ ਅੰਦਰ ਚੈੱਕ ਕਰੋ ਜੀ ਇਹ ਫਾਈਨਲ ਡਰਾਈਵ ਜੀ ਲੈਣਾ ਲੱਗ ਚੈੱਕ ਹੀ ਤੋ ਕਰੋ ਜੀ ਪਤਾ ਹੀ ਨਹੀਂ ਵੀ ਕਿੰਨੀਆਂ ਕੁ ਮਾਲ ਪਿਆ ਗਿਣੀ ਚੱਲੋ ਆਹ ਜੋੜਾ ਪਿਆ ਜਨਾਬੇ ਵਾਲੀ ਤੇ ਇਹ ਸਵਲੀਆਂ ਪਈਆਂ ਜਨਾਬੇ ਵਾਲੀ ਉਹ ਰੇਡੀਏਟਰ ਪਿਆ ਜਨਾਬ ਇੱਧਰ ਫਾਈਨਲ ਡਰਾਈਵ ਚੈੱਕ ਕਰਾਓ ਜੀ ਕਿੱਡੇ ਸੋਹਣੇ ਮਾਸ਼ਾਅੱਲਾ ਵਲੈਤੀ ਐਕਸਲ ਇਹ ਭਾਈ ਤੁਸੀਂ ਤਾਂ ਕਾਲ ਕੱਢ ਦਿੱਤਾ ਆਪਣੇ ਦਾ ਗੇਅਰ ਦੇ ਸਮਾਨ ਦਾ ਜੀ ਅੱਛਾ ਕੋਮੀਟੇਟਰ ਚੈੱਕ ਕਰਾਓ ਜੀ ਥੱਲੇ ਲਓ ਦੋਸਤੋ ਵੀ ਕੋਮੀਟੇਟਰ ਦੀ ਧਾਂਕਾ ਚੜ ਗਈਆਂ ਜਾਂ ਰੀਕੰਡੀਸ਼ਨਾਂ ਦੀਆਂ ਮਾਸ਼ਾਅੱਲਾ ਇਹ ਕੀ ਰੇਟ ਚੱਲ ਰਿਹਾ ਤਕਰੀਬਨ ਆਪਣਾ ਇਹ ਸੈੱਟ ਦਾ ਕੋਮੀਟੇਟਰ ਦਾ ਜੀ ₹55,000 ਦਾ ਜੀ ਦੋਸਤੋ ਕੋਮੀਟੇਟਰ ਦਾ ਸੈੱਟ ਕਿਸੇ ਮੇਰੇ ਭਰਾ ਲੈਣਾ ਹੋਵੇ ਤਾਂ ₹55,000 ਸਮਲੀਆਂ ਗੇਅਰ ਗਰਾਰੀਆਂ ਫਾਈਨਲ ਡਰਾਈਵ ਐਕਸਲ ਅਤੇ ਇਹ ਰੇਡੀਏਟਰ ਕਿਹੜੀ ਮਸ਼ੀਨ ਦਾ ਜੀ ਅੱਛਾ TS 3432 ਦਾ ਅਤੇ ਬਾਕੀ ਸਾਰਾ ਸਮਾਨ ਜਨਾਬ ਇੱਥੇ ਪਿਆ ਤੁਹਾਡਾ ਨੰਬਰ ਸ਼ੋਅ ਭਾਈ ਨਾ ਕਰਾਉਂਦੇ ਹਾਂ ਕੋਈ ਮੇਰਾ ਭਰਾ ਆਵੇ ਅਤੇ ਆਵੇ ਇਹ ਇੱਥੇ ਆ ਕੇ ਨਾ ਆਖੇ ਦਾ ਵੀ ਮਾਲ ਨਹੀਂ ਲੱਭਦਾ ਇਹ ਪੱਟੀਆਂ ਰੀਕੰਡੀਸ਼ਨ ਨੇ ਜੀ ਅੱਛਾ ਪੱਟੀਆਂ ਹੋਰ ਆ ਰਹੀਆਂ ਨੇ ਇਹ ਪੱਟੀਆਂ ਤਾਂ ਮੰਗਵਾਓ 15 ਫੁੱਟ ਦੀਆਂ 17 ਫੁੱਟ ਚਾਹੀਦੀਆਂ ਆਪ ਨੂੰ ਚਾਹੀਦੀਆਂ ਇੱਧਰ ਉਹ ਨੰਬਰ ਆਪਣਾ ਸ਼ੋਅ ਕਰਾਓ ਦੁਕਾਨ ਦਾ ਹਾਂਜੀ ਦੋਸਤੋ ਵੀਰੋ ਅੱਜ ਸਿਰਫ ਅਸੀਂ ਜਨਾਬੇ ਵਾਲੀ ਜਿਹੜਾ ਨਾ ਮਾਰਕੀਟ ਦਾ ਥੋੜ੍ਹਾ ਥੋੜ੍ਹਾ ਵਿਊ ਤੁਹਾਨੂੰ ਦੇ ਰਹੇ ਹਾਂ ਵਿਊ ਤੁਹਾਨੂੰ ਦੇ ਰਹੇ ਹਾਂ ਇਹ ਨੰਬਰ ਸ਼ੋਅ ਕਰ ਲਓ ਭਾਈ ਹਰਾਂ ਦਾ ਦੁਕਾਨ ਦਾ ਬਾਊ ਸ਼ਫਾਕ
ਠੀਕ ਹੈ, ਨੰਬਰ ਬੋਲ ਕੇ ਵੀ ਦੱਸ ਦੇਣਾ ਜਨਾਬਿਆਂ ਲਈ, ਅਤੇ ਕੋਈ ਮੇਰਾ ਭਰਾ ਸੱਜਣਵੀਰ ਦੂਰੋਂ ਆਵੇ ਨੇੜਿਓਂ ਆਵੇ ਜਨਾਬਿਆਂ ਲਈ, 0301-5141-817 ਕਬਾੜੀ ਮਾਰਕੀਟ ਗੁਜਰਾਂ ਵਾਲਾ, ਅਤੇ ਰੀਕੰਡੀਸ਼ਨ ਸਮਾਨ ਦਾ ਕਾਲ ਮੁੱਕ ਗਿਆ ਜਨਾਬਿਆਂ ਲਈ ਗੇਅਰ ਦਾ, ਅਤੇ ਉਸ ਤੋਂ ਬਾਅਦ ਅੱਗੇ ਤੁਹਾਨੂੰ ਦੱਸਿਆ ਵੀਡੀਓ ਦੇ ਵਿੱਚ ਕਿ ਰੀਮਾਂ 31-31 ਦਾ ਰੀਮਾਂ ਦਾ ਵੀ ਕਾਲ ਮੁੱਕ ਗਿਆ, ਸਮਾਨ ਤਾਂ ਬੜਾ ਆ ਰਿਹਾ ਹੁਣ, ਅੱਲਾ ਪਾਕ ਕਰੇ ਵੇਗੂ ਦੀਵੇਦਾਰਾਂ ਦਾ, ਮਸ਼ੀਨਾਂ ਵਾਲਾ ਸਾਰਾ ਦਾ ਅਗਲਾ ਕੰਮ ਚੱਲੇ ਅਤੇ ਫਾਇਦਾ ਤਾਂ ਫਿਰ ਹੀ, ਸਮਾਨ ਤਾਂ ਫਿਰ ਹੀ ਵਿਕਣਾ ਨੇ, ਦੁਆ ਕਰੋ ਅੱਲਾ ਪਾਕ ਰਹਿਮ ਕਰੇ। ਬਾਕੀ ਮਜ਼ੀਦ ਤੁਹਾਨੂੰ ਮਾਰਕੀਟ ਦਾ ਬਹਾਨੇ ਆ ਰਿਵਿਊ ਹੋਰ ਕੀ ਹੈ, ਮਿਹਰਬਾਨੀ ਭਾਈ ਜਾਨ, ਸ਼ੁਕਰੀਆ ਭਾਈ ਜਾਨ। ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਜਨਾਬ, ਗੁਜਰਾਂਵਾਲਾ ਮਾਰਕੀਟ ਮੁਕੰਮਲ ਰਿਪੋਰਟ ਜਨਾਬ, ਅਤੇ ਭਾਈ ਜਾਦ ਕੋਲ ਬੈਠਿਆ ਜਨਾਬਿਆਂ ਲਈ, ਮਾਰਕੀਟ 'ਚ ਗਏ, ਉਹਨਾਂ ਕਿਹਾ ਜੀ 100-100 ਹਿੱਸਾ ਪਿਆ, ਅਤੇ ਮੈਂ ਕਿਹਾ ਟਿਊਪਾਂ, ਉਹਨਾਂ ਕਿਹਾ ਜੀ ਭਾਈ ਜਾਦ ਕੋਲ ਲੈ ਕੇ ਟਿਊਪਾਂ ਪਾਉਂਦੇ ਹਾਂ, ਮੈਂ ਕਿਹਾ ਠੀਕ ਹੋ ਗਿਆ, ਫਿਰ ਪ੍ਰੋਗਰਾਮ ਚੱਲ ਗਿਆ ਜਨਾਬ। ਵਲੈਤੀ ਟਿਊਪਾਂ ਕੋਈ ਨਹੀਂ, ਮਾਰਕੀਟ ਦੇ ਵਿੱਚ ਅਸੀਂ ਟਿਊਪਾਂ ਨੇ ਭਾਈ ਜਾਦ, ਟਿਊਪਾਂ ਜਿਹੜੀਆਂ ਕੋਈ ਚੰਗੀਆਂ ਬਣਾਇਓ, ਇਹ ਨਾ ਵੀ ਉਹ ਲੋਕਾਂ ਨੂੰ 20-20 ਲੱਖ ਦੇ ਸਿੱਠੋ, ਕੀ ਹੋਣਾ ਟਿਊਪਾਂ ਟੁੱਟੀਆਂ ਪਈਆਂ, ਤੁਸੀਂ ਟਿਊਬ ਦੇ ਚੰਗੇ ਪੈਸੇ ਲੈ ਲਓ, ਉਹਨਾਂ 20 ਲੱਖ 'ਤੇ ਪ੍ਰੋਗਰਾਮ ਰੱਖਿਆ, ਟਿਊਬ ਤੁਹਾਡਾ ਚੰਗੀ ਬਣਾਇਓ। ਅਤੇ ਹੋਰ ਭਾਈ ਜਾਦ ਕਿਹੜੀ ਕਿਹੜੀ ਸ਼ਾਇਦ ਬਣਾਉਂਦਾ ਨੇ, ਉਹ ਕਿਹੜੀ ਕਿਹੜੀ ਸ਼ਾਇਦ ਪਈ ਮੌਜੂਦ ਜਨਾਬਿਆਂ ਇਹਨਾਂ ਕੋਲ, ਹੈਡਰੋ ਮਸ਼ੀਨਾਂ ਦਾ ਸਪੇਅਰ ਕੰਮ ਕਰਦੇ ਨੇ, ਹੈਡਰੋ ਕੇਬਲਾਂ ਪਈਆਂ ਨੇ, ਭਾਈ ਜਾਦ ਦੱਸੋ ਆਪਣੀ ਦੁਕਾਨੀ ਜਨਾਬ। ਅਸਲਾਮ ਅਲੈਕੁਮ, ਅੱਛਾ ਹੈਡਰੋ ਸਾਰੀ ਰਿਪੇਅਰਿੰਗ ਕਰਨੇ ਆ, ਅਤੇ ਹੈਡਰੋ ਦੇ ਮੁਤਲਕਾ ਜਿਹੜਾ ਸਮਾਨ ਹੈ ਨਾ, ਸਪੇਅਰ ਪਾਰਟ ਉਹ ਵੀ ਮਿਲ ਜਾਏਗਾ ਸਾਰਾ, ਅਤੇ ਹੈਡਰੋ ਕੇਬਲ ਵੀ ਜਿਹੜੀ ਹੈ ਨਾ ਵਲੈਤੀ ਉਹ ਵੀ ਮਿਲ ਜਾਏਗੀ, ਹੋਰ ਇਸ ਤੋਂ ਇਲਾਵਾ ਕਿੱਟ ਆਗਰ ਕਟਰ ਮੁਕੰਮਲ ਉਹ ਸਾਰਾ ਕੁਝ ਅਸੀਂ ਤਿਆਰ ਕਰਨੇ ਆ ਇਨਸ਼ਾਅੱਲਾ। ਅੱਛਾ, ਤੇ ਕੋਈ ਮੇਰਾ ਭਰਾ ਸੱਜਣ ਵੀਰ ਜਿਹੜਾ ਮਿਸਾਲ ਤੁਹਾਨੂੰ ਇੱਕ ਕਿਸੇ ਬੰਦੇ ਦੀ ਫੀਲਡ ਦੇ ਵਿੱਚ ਮਸ਼ੀਨ ਖਰਾਬ ਹੋ ਗਈ ਹੈ, ਬਾਹਰ ਫੀਲਡ 'ਚ ਖਰਾਬ ਹੋ ਗਈ, ਹੈਡਰੋ ਨਹੀਂ ਚੱਲਦੀ, ਮਗਰ ਜਾ ਕੇ ਵੀ ਕੰਮ ਕਰਦੇ ਕਿ ਲਿਆਉਣੀ ਪੈਣੀ, ਲਿਆਉਣੀ ਪੈਣੀ। ਬਾਕੀ ਗੇਅਰ ਜਿਹੜੇ ਮੇਰੇ ਭਰਾ ਕਈ ਅਕਸਰ ਗੇਅਰ ਦਾ ਵੀ ਇਨਸ਼ਾਅੱਲਾ, ਗੇਅਰ ਮੇਰੇ ਕਈ ਡਰਾਈਵਰ ਭਰਾ ਖੋਲ ਬਹਿੰਦੇ ਨੇ, ਸਫਾਈ ਦੇ ਦੌਰਾਨ ਤਾਂ ਫਿਰ ਜੁੜਦਾ ਕੋਈ ਨਹੀਂ, ਤੇ ਹਰ ਬੰਦਾ ਗੇਅਰ ਨੂੰ ਨਹੀਂ ਜੋੜ ਸਕਦਾ ਦੋਸਤੋ, ਗੇਅਰ ਜਿਹੜਾ ਨਾ ਇਹ ਬੜੀ ਵੱਡੀ ਆਈਟਮ ਹੈ, ਤੇ ਗੇਅਰ ਨੂੰ ਜੋੜਨਾ ਹੀ ਇੱਕ ਫਨ ਹੈ, ਤੇ ਇਹ ਭਾਈ ਜਾਦ ਗੇਅਰ ਦਾ ਵੀ ਮੁਕੰਮਲ ਕੰਮ ਕਰਦੇ ਨੇ, ਅਤੇ ਉਸ ਤੋਂ ਬਾਅਦ ਹੈਡਰੋ ਦਾ ਵੀ ਇੱਥੇ ਹੀ ਕੰਮ ਕਰਦੇ ਨੇ, ਅਤੇ ਬਾਕੀ ਦੁਆਵਾਂ ਯਾਦ ਜ਼ਰੂਰ ਰੱਖਿਓ, ਕਿਸੇ ਟਿਊਪਾਂ ਬਣਵਾਉਣੀਆਂ ਹੋਣ ਜਨਾਬਿਆਂ ਲਈ ਫਾਈਨਲ ਡਰਾਈਵ ਦੀਆਂ, ਅਤੇ ਟਿਊਪਾਂ ਦਾ ਇੱਕ ਰੇਟ ਹੈ ਕਿ ਕੋਈ ਘਾਟਾ ਵਾਧਾ ਵੀ ਹੈ, ਵੀ ਕੋਈ ਚੰਗੀ ਭੈੜੀ ਵੀ ਬਣਾਉਂਦੇ ਜੇ? ਨਹੀਂ, ਬਿਹਤਰੀਨ ਹੀ ਬਣਾਈ ਦੀ ਹੈ। ਚਲੋ ਸਾਰੀ ਲੇਜ਼ਰ ਕਟਿੰਗ ਕਰਾ ਕੇ ਬਿਹਤਰੀਨ। ਅੱਛਾ, ਲੇਜ਼ਰ ਕਟਿੰਗ, ਚਲੋ ਅੱਲਾ ਖੈਰ ਕਰੇ, ਨੰਬਰ ਆਪਣਾ ਦਿਓ ਜੀ, 0301-8643-637 0301-8643-637 ਦੁਆਵਾਂ ਯਾਦ ਜ਼ਰੂਰ ਕਰਿਓ, ਮਿਹਰਬਾਨੀ। ਹਾਂਜੀ ਦੋਸਤੋ, ਮਾਰਕੀਟ ਵਿਜ਼ਿਟ, ਹਾਂਜੀ ਕੀ ਲੱਭਾ ਜੀ ਸੋਣਾ? ਅੱਛਾ, ਜੌਨ ਡੀਅਰ ਇੱਥੇ ਪਿਆ ਸਮਾਨ? ਦਿੰਦੇ ਪਏ ਨਾ, ਲੱਭਾ ਮੰਡੋਰੋਂ ਲਿਆਉਣਾ ਪੋਣਾ, ਉਹ ਜ਼ਿਆਦਾ ਲੋਰੋ ਹੀ ਲੱਭਣਾ, ਤੇ ਰਿਮ ਲੈ ਲੈਣੇ? ਰਿਮ ਲੈ ਲੈਣਾ, ਤੇ ਟਾਇਰ ਆਪਦਾ ਬਾਤ। ਚਲੋ ਦੁਆਵਾਂ ਯਾਦ ਜ਼ਰੂਰ ਕਰਿਓ, ਇਹ ਸਾਡੇ ਭਰਾ ਨੇ ਜਨਾਬ ਰਿਮ ਲੱਭਦੇ ਫਿਰਦੇ ਸੀ, ਹੁਣ ਪਿਛਲੇ ਰਿਮ ਅਸੀਂ ਹਾਰਵੈਸਟਰ ਦੇ ਲੈ ਕੇ ਦਿੱਤੇ ਜੀ, ਬੜੇ ਮੁਸ਼ਕਿਲ 50,000 ਦਾ ਜੋੜਾ ਮਸ਼ੀਨਾਂ ਵਾਲਿਓ, ਸਾਫ ਰਹਿਤੀ ਰਿਮ ਨੇ, ਤੇ ਗੱਲ ਕਰਿਆ ਵੀ ਰਿਮ ਧਿਆਨ ਨਾਲ ਖਾ ਲਿਆ, ਇੰਡੀਆ ਗਿਓ, ਰਿਮ ਵੀ ਮਹਿੰਗੇ ਹੋ ਗਏ ਜਨਾਬ। ਦੋਸਤੋ ਮਾਰਕੀਟ ਜਨਾਬੇ ਵਾਲੀ ਜਿਹੜੀ ਇਹ ਮਸ਼ੀਨਾਂ ਦੀ, ਉਹ ਮਸ਼ੀਨਾਂ ਵਾਲੇ ਤਾਂ ਘਰ ਬੈਠੇ ਨੇ, ਕ੍ਰੈਸ਼ ਹੈ, ਅਤੇ ਇੱਥੇ ਪ੍ਰੋਗਰਾਮ ਉਹ ਹੀ ਹੈ, ਰੇਟ ਫੁੱਲ ਬਟਾ ਫੁੱਲ ਹੈ, ਮਾਰਕੀਟ ਬਿਲਕੁਲ ਡਾਊਨ ਨਹੀਂ ਹੋਈ, ਇੱਥੇ ਸਪੇਅਰ ਪਾਰਟ ਅਸੀਂ ਚੈੱਕ ਕਰ ਰਹੇ ਹਾਂ, ਜੋ ਵੀ ਬਣ ਰਿਹਾ ਨਾ ਮਿੰਨਾ ਵਿਖਾ ਸਮਾਨ ਵਿਖਾ, ਜੋ ਇੱਥੇ ਬਣ ਰਿਹਾ ਜਨਾਬੇ ਵਾਲੀ, ਫਿਲਹਾਲ ਜਨਾਬੇ ਵਾਲੀ ਸੋਨੇ ਦੇ ਭਾਅ ਬਣ ਰਿਹਾ, ਅਤੇ ਇਹ ਚੈੱਕ ਕਰੋ ਜੀ, ਇੱਧਰ ਫਾਈਨਲ ਡਰਾਈਵ ਚੈੱਕ ਕਰੋ, ਮਾਸ਼ਾਅੱਲਾ ਜੀ, ਇਹ ਵੀ ਫਾਈਨਲ ਡਰਾਈਵ ਜਨਾਬ ਬਾਹਰ ਦੇ ਨੇ,
ਇਹ ਵੀ ਹਿੱਸਾ ਜੁੜਿਆ ਪਿਆ ਜੇ ਜਨਾਬ ਹਾਜੀ ਨਹੀਂ ਭਲਵਾਨ ਆਟੋ ਸਪੇਅਰ ਪਾਰਟ ਗੁਜਰਨ ਵਾਲਾ ਮਾਰਕੀਟ ਇੱਧਰ ਵੀ ਸਾਡਾ ਸੱਜਣ ਬੈਠਾ ਛਲੀਆਂ ਖਾਂਦਾ ਪਿਆ ਜਨਾਬ ਇਕੱਲਾ ਇਕੱਲਾ ਹੀ ਚੈੱਕ ਕਰੋ ਸਮਾਨ ਇਹਨਾਂ ਕੋਲ ਜਨਾਬ ਇਹਨਾਂ ਨੇ ਬੋਮੀਆਂ ਦਾ ਰਾਤ ਲਾਤਾ ਰਿਕਾਰਡ ਅਤੇ ਸਾਰਾ ਜਨਾਬ ਸਮਾਨ ਚੈੱਕ ਕਰੋ ਰੀਕੰਡੀਸ਼ਨ ਦਾ ਹਿੱਸਾ ਚੈੱਕ ਕਰੋ ਜਨਾਬ ਅਤੇ ਇਹ ਬੋਮੀਆਂ ਪਤਾ ਨਹੀਂ ਟਰੱਕ ਭਰ ਕੇ ਲਾਇਆ ਜੀ ਇੱਕੋ ਵਾਰੀ ਇਕੱਠੀਆਂ ਕਰਕੇ ਕਿਸੇ ਨੂੰ ਮੁਲਕ 'ਚੋਂ ਅਸਲਾਮ ਵਾਲੇਕਮ ਜੀ ਕੀ ਹਾਲ ਹੈ ਜੀ ਹੋਰ ਸੁਣਾਓ ਜੀ ਚਲੋ ਭਾਈ ਕੀ ਹਾਲ ਜੀ ਹੋਰ ਸੁਣਾਓ ਹਾਂਜੀ ਦੋਸਤੋ ਮਾਰਕੀਟ ਦਾ ਪੂਰਾ ਵਿਜ਼ਿਟ ਕਰ ਰਹੇ ਹਾਂ ਦੋਸਤ ਭਰਾ ਮਿਲ ਰਹੇ ਨੇ ਵੀ ਵੀਡੀਓ ਬਣਾਉਣ ਦਾ ਮਕਸਦ ਇੱਕ ਤਾਂ ਸਾਨੂੰ ਵੀ ਘਰ ਬੈਠੇ ਨੂੰ ਮਸਲਾ ਬਣ ਜਾਂਦਾ ਅਸੀਂ ਕੋਈ ਮਹੀਨਾ ਮਾਰਕੀਟ 'ਚ ਨਾ ਆਈਏ ਅਤੇ ਸਾਨੂੰ ਵੀ ਜਨਾਬ ਵਾਲੀ ਪਤਾ ਨਹੀਂ ਕੀ ਤਕਲੀਫ ਹੁੰਦੀ ਅਸੀਂ ਇਹਨਾਂ ਨਹੀਂ ਮਾਰਕੀਟ ਫੇਰਾ ਮਾਰ ਕੇ ਯਾਦ ਰੂਮਾਨ ਮਾਰਕੀਟ 'ਚ ਕੋਈ ਸ਼ੈ ਨਹੀਂ ਲੈਣੀ ਇੱਕ ਨੈੱਟ ਤੱਕ ਨਹੀਂ ਲੈਣਾ ਸਿਰਫ ਫੇਰਾ ਮਾਰਨ ਆਏ ਹਾਂ ਭਰਾਵਾਂ ਸੱਜਣਾ ਵੀਰਾਂ ਨੂੰ ਵੇਖਣ ਵਾਸਤੇ ਅਤੇ ਵੀਡੀਓ ਬਣਾਉਣ ਵਾਸਤੇ ਮਾਰਕੀਟ ਵੇਖਿਆ ਜੀ ਮਾਸ਼ਾਅੱਲਾ ਮਾਲ ਤਾਂ ਬਹੁਤ ਜ਼ਿਆਦਾ ਆ ਗਿਆ ਇੱਕ ਟਾਈਮ ਸੀ ਮਾਰਕੀਟ ਦੇ ਵਿੱਚ ਜਨਾਬੇ ਵਾਲੀ ਜਿਹੜਾ ਨਾ ਜੀ ਪੀਲੇ ਰੰਗ ਦੀ ਪੱਤਰੀ ਮੁੱਕ ਗਈ ਸੀ ਇਸ ਟਾਈਮ ਵੇਖਿਆ ਕਿ ਮਾਰਕੀਟ ਦੇ ਵਿੱਚ ਜਨਾਬੇ ਦੀ ਪੀਲੀਆਂ ਪੱਤਰੀਆਂ ਪੂਰੀਆਂ ਮਸ਼ੀਨਾਂ ਤੁੰਨ ਕੇ ਖੜੀਆਂ ਨੇ ਤੁੰਨ ਕੇ ਜੀ ਬਿਲਕੁਲ ਹੁਣ ਤੇ ਅਮਨੋ ਮਾਰਨਾ ਇੱਕ ਇੱਕ ਬੰਦੇ ਕੋਲ ਇੱਕ ਬੰਦੇ ਕੋਲ 80-80 ਫਾਈਨਲ ਡਰਾਈਵ ਜਨਾਬ 80-80 ਮਸ਼ੀਨ ਨਹੀਂ 80 ਦੀ ਤਦਾਦ ਜਨਾਬ 70-80 ਮਸ਼ੀਨ ਦੇ ਫਾਈਨਲ ਡਰਾਈਵ ਪਏ ਨੇ ਰੇਟ ਪੁੱਛਿਆ ਉਹਨੇ ਕਿਹਾ ਜੀ 20 ਲੱਖ ਦਾ ਫਿੱਟ ਕਰਕੇ ਦਿਆਂਗੇ ਪ੍ਰੋਗਰਾਮ ਜਿਹੜਾ ਉਂਝ ਵੜ ਗਏ ਆ ਅਤੇ ਸਪੇਅਰ ਪਾਰਟ ਆਪਣੀ ਜਗ੍ਹਾ 'ਤੇ ਹੀ ਹੈ ਇਹ ਫਾਈਨਲ ਡਰਾਈਵ ਜਿਹੜਾ ਬੜੇ ਜਦੀਦ ਤਰੀਕੇ ਵਿੱਚ 18 ਲੱਖ ਤੋਂ ਉੱਤੇ ਨਹੀਂ ਗਿਆ ਤਾਂ ਹੁਣ ਚਾਹੀਦਾ ਸੀ ਵੀ ਪ੍ਰੋਗਰਾਮ ਥੱਲੇ ਆਇਆ ਤਾਂ ਕਮ ਤੋਂ ਕਮ 15 ਲੱਖ 'ਤੇ ਆਵੇ ਬਾਕੀ ਜ਼ਿਮੀਂਦਾਰਾਂ ਕੋਲ ਗੁੰਜਾਇਸ਼ ਹੀ ਨਹੀਂ ਫਾਈਨਲ ਡਰਾਈਵ ਲੈਣ ਦੀ ਅਤੇ ਫਾਈਨਲ ਡਰਾਈਵ ਅਜੇ ਵੀ ਜਨਾਬੇ ਵਾਲੀ ਉਹ 20 ਲੱਖ ਰੁਪਇਆ ਡਿਮਾਂਡ ਕਰ ਰਹੇ ਨੇ ਉਹ ਵੀ ਖੋਤੇ ਘੋੜੇ ਦੀ ਕਿਉਂ ਕਿ ਜਨਮਨ ਨਹੀਂ ਸਾਡੇ ਇਹਨਾਂ ਨੂੰ ਦਿੱਤਾ ਜਾਇਜ਼ ਕਰਕੇ ਇਹਨਾਂ ਕੋਲ ਪੁੱਛਨੇ ਆ ਤੁਸੀਂ ਜਨਮਨ ਲਿਆ ਜੀ ਹਾਂਜੀ ਜਨਮਨ ਪਾਕਿਸਤਾਨੀ ਟੂਪ ਤਾਂ ਨਹੀਂ ਲਈ ਨਹੀਂ ਅਤੇ ਕਿੰਨੇ ਦਾ ਲਿਆ ਜੇ ਅਸਾਂ ਤਾਂ ਲਿਆ 13.5 ਲੱਖ ਦਾ ਉਹ ਆਪਣਾ ਤੁਸੀਂ ਲਿਆ ਚੱਲਦਾ ਜੀ ਨਹੀਂ ਰੀਕੰਡੀਸ਼ਨ ਲਿਆ ਉਹ ਪਿਆ ਇਹ ਕਿਹੜੀ ਮਸ਼ੀਨ ਦਾ ਜੀ 70 ਦਾ ਇਹ ਜਿਹੜਾ ਇਹ ਤੁਹਾਨੂੰ ਫਿਰ ਕਿਵੇਂ ਸਸਤਾ ਲੱਭ ਗਿਆ ਸਾਡਾ ਭਰਾ ਸੀ ਕਮਾਲ ਹੋ ਗਈ ਤੇ ਇਹ ਭਰਾ ਇਹ ਤੁਹਾਡੇ ਰੇਟ ਦੇ ਫਿਰ ਜਿਹੜੇ ਹੋਰ ਬੰਦੇ ਆ ਕੇ ਪੁੱਛਣ ਦੇ ਉਹਨਾਂ ਨੂੰ ਕੀ ਦਿਓ ਦੇ ਉਹਨਾਂ ਜਵਾਬ ਹੈ ਤੁਹਾਡੇ ਕੋਲ ਕੀ ਹੋਣਾ ਨਾ ਜੀ ਤੂੰ ਇਹਨਾਂ ਨੂੰ ਤੁਸੀਂ ਦੇਤਾ ਦੋਸਤੋ ਵੀਰੋ ਇੰਜੇ ਹੱਸਦੇ ਰਿਹਾ ਕਰੋ ਖੇਡਦੇ ਰਿਹਾ ਕਰੋ ਤੇ ਆਪਣੀਆਂ ਮਸ਼ੀਨਾਂ ਦਾ ਧਿਆਨ ਕਰ ਲਓ ਰੇਟ ਲੱਭੇ ਤੇ ਕਟਾਈ ਕਰੋ ਨਾ ਰੇਟ ਲੱਭੇ ਤੇ ਬਿਲਕੁਲ ਮਸ਼ੀਨਾਂ ਬ੍ਰੇਕ ਲਵਾ ਲਓ ਕੰਮ ਪ੍ਰੋਗਰਾਮ ਜਿਹੜਾ ਇੱਧਰ ਕੰਮ ਟੈਟ ਹੈ ਤੇ ਮਗਰ ਪ੍ਰੋਗਰਾਮ ਬਿਲਕੁਲ ਹੀ ਖਤਮ ਹੋ ਚੁੱਕਿਆ ਤੇ ਬਾਕੀ ਦੁਆਵਾਂ ਯਾਦ ਜ਼ਰੂਰ ਕਰੋ ਤੇ ਅੱਜ ਕੱਲ੍ਹ ਕੋਮੀਟੇਟਰਾਂ ਦਾ ਕੀ ਰੇਟ ਹੈ ਜੋੜੇ ਦਾ ਤਿੰਨਾਂ ਦਾ ਸੈੱਟ ਦਾ ਜਪਾਨੀ ਦਾ ਆਪਣਾ ਜਰਮਨ ਹੈ ਹਾਂਜੀ ਰੀਕੰਡੀਸ਼ਨ ਕੀ ਰੇਟ ਹੈ ਜੀ 65,000 ਲਓ ਭਾਜੀ ਕਰ ਲਓ ਘਿਓ ਨੂੰ ਭਾਂਡਾ ਇਹ 3 ਪੇਜ 65,000 ਦੇ ਤੇ ਜਿਹਨਾਂ ਕੋਲ ਮਗਰ ਪਏ ਸੀ ਨਾ 40-50 ਇਕੱਠੇ ਵੀਡੀਓ ਵਿੱਚ ਪਾ ਕੇ ਆਏ ਹਾਂ ਉਹਨਾਂ ਨੇ ਮੰਗਿਆ ਜਨਾਬ ਵਾਲੀ 55,000 ਸੈੱਟ ਦਾ ਇਹਨਾਂ 10,000 ਉੱਤੇ ਕਿਉਂ ਰੱਖਿਆ ਕਿ ਇਹਨਾਂ ਕੋਲ 3 ਪਏ ਨੇ ਇਹ ਪ੍ਰੋਗਰਾਮ ਜੇ ਇਹਨਾਂ ਨੂੰ ਤੁਸੀਂ ਇਹਦਾ ਮਤਲਬ ਇਹ ਫਿਰ ਇਹ ਵੀ 30,000 ਦਿੰਦਾ ਜੇ ਜਿਵੇਂ ਹੀ ਸਾਹ ਦਿੱਤਾ ਜੇ ਹੈ ਇਹ ਲੈ ਯਾਰ ਕੁਝ ਅਸੀਂ ਲੈਣ ਤੇ ਆਵੇ ਬਹੁਤ 30 ਦੀ ਲੈ ਹਾਂਜੀ ਦੋਸਤੋ ਮਿਹਰਬਾਨੀ ਸਾਜੋ ਦੁਆਵਾਂ ਸਾਨੂੰ ਯਾਦ ਜ਼ਰੂਰ ਕਰਿਓ ਮਿਹਰਬਾਨੀ ਭਾਅ ਜੀ ਬਹਿੰਦੇ ਆ ਵੀਡੀਓ 'ਤੇ ਮਿਲ ਲਈ ਜਾਣਾ ਚੰਗਾ ਭਾਅ ਜੀ ਹਾਂਜੀ ਦੋਸਤੋ ਇੰਜਣਾਂ ਦੀ ਮਾਰਕੀਟ ਤੁਹਾਨੂੰ ਚੈੱਕ ਕਰਾਉਂਦੇ ਹਾਂ ਮਾਸ਼ਾਅੱਲਾ ਜਨਾਬ ਐਨਕ ਲਾ ਕੇ ਵੇਖਣਾ ਪੈਣਾ ਇੰਜਣ ਇੱਧਰ ਚੈੱਕ ਕਰਾਓ ਜਨਾਬ ਇੰਜਣ ਇਹ ਸਾਰੇ ਮਰਸਰੀਦ ਨੇ ਜਨਾਬੇ ਵਾਲੀ ਅਤੇ ਸਾਰੇ ਜਨਾਬ ਪਾਕਿਸਤਾਨੀ ਤਿਆਰ ਅਤੇ ਪਾਕਿਸਤਾਨੀ ਰੰਗ ਰੱਪਾ ਹੋਇਆ ਭਾਈ ਕੋਈ ਜਨਮਨ ਇੰਜਣ ਵੀ ਹੈ ਕੋਈ ਨਹੀਂ ਸਾਰੇ ਤਿਆਰ ਹੋਏ ਇੱਥੇ ਜੀ ਹਾਂਜੀ ਦੋਸਤੋ ਜਨਮਨ ਮਾਰਕੀਟ 'ਚ ਇੰਜਣ ਕੋਈ ਨਹੀਂ ਫਿਲਹਾਲ ਤਿਆਰ ਹੋਏ ਇੰਜਣ ਹੈ ਨੇ 15 ਤੋਂ ਲੱਖ ਕੇ 20 ਲੱਖ ਦੀ ਰੇਂਜ ਦੇ ਵਿੱਚ ਹੈ ਨੇ ਅਤੇ ਤਾਂਕਾਂ ਚੜੀਆਂ ਪਈਆਂ ਨੇ ਮਰਸਰੀਦ ਦੀਆਂ ਜਨਾਬ ਮਾਸ਼ਾਅੱਲਾ ਉਹ ਜਿਹਨਾਂ ਦੇ ਕੱਪੜੇ ਪਾਤੇ ਨੇ ਜਨਾਬੇ ਵਾਲੀ
ਮਾਰਕੀਟ ਉੱਠੇ ਦੀ ਤਾਂ ਫਿਰ ਕੱਪੜੇ ਚੁੱਕ ਲੈਣ ਦੇ। ਇੱਕ ਵਾਰ ਤਾਂ ਬੈਠੀ ਪਈ ਹੈ ਜਨਾਬ, ਚੈੱਕ ਕਰੋ ਜੀ ਇੰਜਨ, ਚੈੱਕ ਕਰੋ ਜੀ ਵੱਡੇ ਜਨਾਬ, ਵੱਡੇ ਜਹਾਜ਼ 6 ਸਿਲੰਡਰ ਮਰਸਡੀਜ਼ ਦੇ 20 ਟੈਪ ਇੰਜਨ, ਖੁੱਲ੍ਹਾ ਮਾਲ ਪਿਆ ਵੇਖੋ, ਉਹ ਵੀ ਫਾਈਨਲ ਡਰਾਈਵ ਪਏ ਨੇ, ਉਹ ਚੈੱਕ ਕਰਾਈ ਜ਼ਰਾ। ਲਓ ਦੋਸਤੋ, ਫਾਈਨਲ ਡਰਾਈਵ ਹਰ ਜਗ੍ਹਾ 'ਤੇ ਪਏ ਜੇ, ਡੱਡੂ ਡੱਡੂ, ਉਹ ਡੱਡੂ ਜਦ ਬਾਰਿਸ਼ ਪੈਂਦੀ ਹੈ ਨਾ ਜੀ, ਡੱਡੂ ਬਾਹਰ ਨਿਕਲ ਆਉਂਦੇ ਨੇ, ਉਹ ਪ੍ਰੋਗਰਾਮ ਬਣ ਗਿਆ ਪਿੱਛੇ ਜਨਾਬ। ਗੁਜਰਾਲੇ ਡੱਡੂ ਬੜੇ ਆ ਗਏ ਜੇ, ਅਤੇ ਬਾਰਿਸ਼ 'ਚ ਪਈ ਕੋਈ ਨਹੀਂ, ਅਤੇ ਡੱਡੂ ਬੇਸ਼ੁਮਾਰ ਆ ਗਏ ਨੇ। ਲਓ ਜੀ ਰੀਕੰਡੀਸ਼ਨ ਮਸ਼ੀਨ ਜਨਾਬ IA-60, ਅਤੇ ਆਉਂਦੇ ਸੀ ਕਿ ਰੀਕੰਡੀਸ਼ਨ ਮਸ਼ੀਨਾਂ ਖੁੱਲ੍ਹਦੀਆਂ ਨਹੀਂ। ਲਓ ਜੀ ਆ ਰੀਕੰਡੀਸ਼ਨ ਮਸ਼ੀਨ 60 ਆਈ ਪਈ ਜੇ, ਅਤੇ ਇਹ ਮਾਰਕੀਟ 'ਚ ਖੁੱਲ੍ਹੀ ਪਈ ਹੈ ਜਨਾਬ। ਇਹਦਾ ਮੁਕੰਮਲ ਸਮਾਨ ਕਿਸੇ ਮੇਰੇ ਭਰਾ ਲੈਣਾ ਹੋਵੇ ਆ ਕੇ ਲੈ ਸਕਦਾ। ਸਲਾਮ ਅਲੈਕੁਮ ਜੀ, ਸਰ ਜੀ ਕੀ ਹਾਲ ਹੈ, ਹੋਰ ਸਭ ਠੀਕ? ਇਹ ਰੀਕੰਡੀਸ਼ਨ ਖੋਲੀ ਹੈ, ਉਹ 70, ਉਹ ਵੀ 60, ਅੱਛਾ ਜੀ। ਹਾਂਜੀ ਦੋਸਤੋ, ਦੋਵੇਂ ਮਸ਼ੀਨਾਂ ਚੈੱਕ ਕਰੋ, ਇਹ ਵੀ 60 ਫੋਰਡ ਇੰਜਨ ਵਿੱਚ, ਅਤੇ ਉਹ ਵੀ ਫੋਰਡ, ਇਹ ਵੀ ਫੋਰਡ ਇੰਜਨ ਹੀ ਹੈ ਜੀ, ਉਹ ਫੀਐਟ ਆਪਣਾ ਕਿਹੜਾ 103 ਇੰਜਨ, 80-60 ਇਸ 'ਤੇ ਜੇ, ਇਸ 'ਤੇ ਫੋਰਡ ਜੇ। ਦੋਵੇਂ ਮਸ਼ੀਨਾਂ ਜਨਾਬ ਰੀਕੰਡੀਸ਼ਨ, ਕਿਸੇ ਮੇਰੇ ਭਰਾ ਲਿਆ ਕੇ ਸਮਾਨ ਲੈਣਾ ਹੋਵੇ, ਅਤੇ ਫਿਰ ਇਹਦਾ ਮਤਲਬ ਇਹ ਹੁਣ ਉਹ ਕੰਮ ਚੱਲ ਪਿਆ ਵੀ ਰੀਕੰਡੀਸ਼ਨ ਮਸ਼ੀਨਾਂ ਆਉਣ ਲੱਗ ਪਈਆਂ ਨੇ, ਥੋੜ੍ਹਾ ਇੱਥੇ ਆਇਓ, ਇੱਥੇ ਆਓ। ਅੱਛਾ ਹੁਣ ਸਾਇਦ ਤੂੰ ਬਚ ਨਾ। ਅੱਛਾ ਹੁਣ ਕੀ ਮਤਲਬ ਮਾਰਕੀਟ 'ਚ ਰੀਕੰਡੀਸ਼ਨ ਮਸ਼ੀਨਾਂ ਆਉਣ ਲੱਗ ਪਈਆਂ ਨੇ? ਇਨਸ਼ਾਅੱਲਾ ਹੋਰ ਵੀ ਆਉਣ ਦੀਆਂ, ਅੱਲਾਹ ਦੀ ਰਹਿਮਤ ਨਾਲ ਲਿਆਵਾਂਗੇ। ਜ਼ਿਮੀਦਾਰ ਭਰਾ ਤੰਗ ਨਹੀਂ ਹੋਣ ਲੱਗੇ? ਇਨਸ਼ਾਅੱਲਾ ਜੇ ਮਸ਼ੀਨਾਂ ਵਾਲੇ ਤਾਵਨ ਕਰਨਗੇ ਲਿਆਵਾਂਗੇ। ਦੋਸਤੋ ਇਸ ਕਬਾੜ ਖਾਨੇ 'ਚ ਪੀਲੇ ਰੰਗ ਦੀ ਪੱਤਰੀ ਲੱਭਦੀ ਨਹੀਂ ਸੀ, ਇਸ ਟਾਈਮ ਮਸ਼ੀਨਾਂ ਆ ਗਈਆਂ ਨੇ, ਰੀਕੰਡੀਸ਼ਨ ਵੀ ਅਤੇ ਸਿਵਲ ਵੀ, ਅਤੇ ਹੋਰ ਮਸ਼ੀਨਾਂ ਵੀ ਆ ਜਾਣੀਆਂ ਨੇ ਮੁਕੰਮਲ ਸਾਡੇ ਨਾਲ ਨਾਲ ਰਹੇ ਹੋ, ਅਤੇ ਇੰਜਣਾਂ ਦੀ ਕੋਈ ਕਾਲ ਕੱਢ ਦਿਓ, ਮਰਸਡੀਜ਼ ਦਾ ਹਰ ਬੰਦਾ ਦਾ ਮਰਸਡੀਜ਼ ਲੈਣਾ ਕੋਈ, ਉਹ ਰੀਕੰਡੀਸ਼ਨ ਮੰਗਵਾਓ, ਇਨਸ਼ਾਅੱਲਾ ਵੀ ਆ ਜਾਂਦੇ, ਆ ਜਾਂਦੇ ਅੱਲਾਹ ਦੀ ਰਹਿਮਤ। ਅਤੇ ਜਿਹੜੇ ਇਸ ਟਾਈਮ ਇੱਥੇ ਤੁਹਾਡੇ ਤਿਆਰ ਇੰਜਣ ਪਏ ਅਸੀਂ ਵਿਖਾ ਕੇ ਆਏ ਪਰਲੇ ਸਾਈਡ ਤੋਂ, ਉਹਨਾਂ ਦਾ ਤਕਰੀਬਨ ਕੀ ਰੇਟ ਚੱਲ ਰਿਹਾ, 15-20 ਲੱਖ? ਹਾਂਜੀ ਪਰ ਜੀ, ਠੀਕ ਹੈ ਜੀ, ਚਲੋ ਅੱਲਾਹ ਖੈਰ ਕਰੇ ਜਨਾਬ, ਮਿਹਰਬਾਨੀ। ਅਤੇ ਇਹ ਰੀਕੰਡੀਸ਼ਨ ਮਸ਼ੀਨਾਂ ਤੁਹਾਡੇ ਸਾਹਮਣੇ ਨਾ ਆਈਆਂ ਪਈਆਂ ਜੇ, ਟਾਇਰ ਵੇਖ ਲਓ ਇਹਨਾਂ ਦੇ, ਟਾਇਰ ਕਿਹੜਾ ਇਹਨਾਂ ਦਾ, 18-4-30 ਦੇ, ਕੀ ਹਾਲ ਸਰ ਜੀ? ਅੱਲਾਹ ਦਾ ਸ਼ੁਕਰ। ਅਤੇ ਚੈੱਕ ਕਰੋ ਦੋਸਤੋ ਮਸ਼ੀਨ, ਮਾਸ਼ਾਅੱਲਾ ਕਿੱਡੀ ਸੋਹਣੀ, 103 ਬੋਰ ਇੰਜਣ, ਅਤੇ ਮਾਸ਼ਾਅੱਲਾ ਸੋਹਣੀਆਂ, ਹੀਰੋ ਵਰਗੀਆਂ, ਸੋਨੇ ਵਰਗੀਆਂ ਮਸ਼ੀਨਾਂ ਵੀ ਜਨਾਬ ਖੁੱਲ੍ਹਣ ਲੱਗ ਪਈਆਂ ਨੇ, ਠੀਕ ਹੈ। ਅਤੇ ਸੋਹਣੀ ਮਸ਼ੀਨ, ਇਹ ਚਲਾਉਣ ਦੇ ਕਾਬਲ ਸੀ ਮਸ਼ੀਨ, ਇਹਦੇ ਪੱਟ ਕੋ ਦਿੱਤੀ ਹੈ, ਤੇਰਾ ਇੰਜਣ 103 ਹੈ? 103-4 ਤਿੰਨ ਹੋਣਾ। ਚਲੋ ਅੱਲਾ ਖੈਰ ਕਰੇ। ਇਹ ਆਪਣਾ ਕੀ ਦੁਕਾਨ ਦਾ ਨਾਂ ਹੈ ਆਪਣਾ? ਕਾਰੀ ਆਰਫ ਜੀ। ਦੋਸਤੋ ਕਾਰੀ ਆਰਫ ਸਾਹਿਬ ਪੁਲ ਦੇ ਨਾਲ ਜਨਾਬ ਵਾਲੀ ਮਸ਼ੀਨਾਂ, ਅਸੀਂ 62 ਰੀਕੰਡੀਸ਼ਨ ਆ ਗਈਆਂ ਜੇ, ਅਤੇ ਫੌਰੀ ਪਹੁੰਚ ਕੇ ਜਿਹੜਾ ਮਾਲ ਲਵਾਉਣਾ ਜੇ ਲਵਾ ਲਓ, ਅਤੇ ਲੱਭਣਾ ਨਗਦ ਜੇ ਆਧਾਰ ਕੋਲ ਨਹੀਂ ਜੇ ਲੱਭਣਾ, ਕਿਉਂਕਿ ਡਰ ਗਏ ਜੇ ਕਬਾੜੀਏ ਵੀ, ਇਹ ਗੱਲ ਹੈ ਨਾ ਜੀ, ਆਧਾਰ ਤਾਂ ਨਹੀਂ ਲੱਭਣਾ, ਆਧਾਰ ਤੋਂ ਦੂਰ ਜੋੜਾ ਜੀ। ਹਾਂਜੀ ਦੋਸਤੋ, 80,000 ਰੁਪਏ ਦਾ ਜੋੜਾ ਕਿਸੇ ਮੇਰੇ ਭਰਾ ਨੇ ਲੈਣਾ ਹੋਵੇ, ਫੈਨ ਆਪਣਾ ਜੈਨਮਨ ਐਕਸਲ, ਇਹ ਚੈੱਕ ਕਰੋ ਜੀ, ਆਪਣਾ ਜੈਨਮਨ ਫੀਡਰ ਹਾਊਸ ਦੇ ਜੈਕ ਜੀ, 80,000 ਦਾ ਜੋੜਾ, ਅਤੇ ਲਾਹਣਾ ਤੁਸੀਂ ਆਪ ਹੀ ਖੁਦ ਉਹਨਾਂ ਨੇ ਨਾਲ ਟੰਗੇ ਆ, ਕਿਉਂਕਿ ਥੱਲੇ ਲਾਹ ਦੇਣਾ ਤੁਸੀਂ, ਆਹਣਾ ਜੀ ਕੋਈ ਪੁਰਾਣਾ ਹੈ, ਅਤੇ ਚੈੱਕ ਕਰ ਲਓ ਮਾਸ਼ਾਅੱਲਾ ਮਸ਼ੀਨਾਂ, ਜੋਈਆ ਸਾਹਿਬ ਲੈ ਲਓ, 0 ਮੀਟਰ ਮਸ਼ੀਨਾਂ ਆਈਆਂ ਪਈਆਂ ਜੇ,
ਉਹ ਨਹੀਂ ਤੁਸੀਂ ਖੁੱਲੀਆਂ ਲੈ ਲਓ ਆ ਜਾਓ ਬੰਦ ਕਰ। ਅਸਲਾਮ ਅਲੈਕਮ ਦੋਸਤੋ, ਕੀ ਹਾਲ ਜਨਾਬ? ਤੁਹਾਡੇ ਭਰਾ ਆਏ ਨੇ ਜਨਾਬ, ਕੀ ਹਾਲ ਹੈ ਜੀ? ਕਿਹੜਾ ਇਲਾਕਾ ਆਪਣਾ ਜੀ? ਅੱਛਾ, ਇਹ ਕੀ ਵਿਦੇ? ਦੋ ਆਪਣੀਆਂ, ਇੱਕ ਪੰਪ ਹੈ। ਨਹੀਂ, ਇਹ ਸਮਾਨ ਕੁਝ ਲਿਆ ਤੇ ਵਾਪਸ ਦੇਣਾ ਹੈ। ਅੱਛਾ, ਵਾਪਸ ਦੇਣਾ। ਨਹੀਂ, ਇਹ ਸ਼ੀਲਡਾਂ ਆਪ ਲਈਆਂ ਨੇ? ਹਾਂ, ਇਹ ਉਹਨਾਂ ਬੇਟੀਆਂ ਨੂੰ ਤੇ ਸਾਨੂੰ ਨਹੀਂ ਲੱਗੇ ਵਾਪਸ ਦੇਣੇ। ਅੱਛਾ, ਤੇ ਬਾਕੀ ਆ ਸਮਾਨ ਸ਼ਮਾਨ ਹੈ? ਹਾਂਜੀ, ਇਹ ਹੁਣ ਵਕਤ ਉਹ ਆ ਗਿਆ ਕਿ ਮਸ਼ੀਨ ਵਾਲੇ ਸਮਾਨ ਵੇਚਣ ਲੱਗ ਪਏ ਨੇ? ਹਾਂਜੀ, ਬਿਲਕੁਲ। ਅੱਗੇ ਤਾਂ ਟਾਈਮ ਹੁੰਦਾ ਸੀ ਕਿ ਮਸ਼ੀਨ ਵਾਲੇ ਆਉਂਦੇ ਸੀ, ਨਹੀਂ ਨਹੀਂ ਅਸੀਂ ਸਮਾਨ ਰੱਖ ਲਈਏ ਕਦੀ ਕੰਮ ਆਵੇ ਤਾਂ। ਹਾਂ, ਹੁਣ ਨਹੀਂ ਜੀ ਉਹ ਟਾਈਮ। ਇਹ ਟਾਈਮ ਨਾਜ਼ਕ ਨਹੀਂ ਹੋ ਗਿਆ? ਨਾਜ਼ਕ। ਇਹ ਆਪਣਾ ਬਣੇ ਦਾ ਕੀ? ਅੱਲਾ ਵਾਰਸ ਜੀ। ਮਕਬਰਾ ਹੀ ਬਣਨਾ? ਮਕਬਰਾ ਦਿਸਦਾ ਪਿਆ ਜੀ। ਚੰਗਾ ਦੋਸਤੋ, ਵੀਰੋ ਸੱਜਣੋ, ਵੀ ਸਾਡਾ ਹੁਣ ਮਕਬਰਾ ਮਸ਼ੀਨ ਵਾਲਾ ਦਾ ਬਣੂ ਜੇ, ਦੁਆ ਕਰਿਓ। ਚਲੋ, ਪੱਕਾ ਹੀ ਬਣ ਜਾਵੇ, ਬਾਰਿਸ਼ ਨਾ ਖੁਰੇ ਤੇ ਨਾ ਖੁਰੇ ਤੇ ਨਾ। ਬਸ ਦੇਣਾ ਵਾਪਸ ਆਪਣੇ ਇਲਾਕੇ ਚ ਆ ਜਾ, ਸਾਡੇ ਇਲਾਕੇ ਦੀ ਬੇੜੀ ਨਾ ਧੋ ਕੇ ਆਵੀ, ਮਿਹਰਬਾਨੀ ਜੀ। ਲਿਆਓ ਜੀ।